ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ 'ਤੇ ਚਰਚਾ ਕਰਦੇ ਹਾਂ ਜਿਹੜੇ ਮੁੱਦੇ ਸਿਆਸੀ ਗਲਿਆਰਿਆਂ ਦੇ ਵਿੱਚ ਅਤੇ ਸਮਾਜ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੁੰਦੇ ਨੇ। ਬੜੀ ਦੇਰ ਤੋਂ ਇੱਕ ਮਹੱਤਵਪੂਰਨ ਮੁੱਦਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ, ਸਿਆਸੀ ਪਾਰਟੀਆਂ ਵੀ ਇਹਦੇ 'ਤੇ ਸਿਆਸਤ ਵੀ ਕਰ ਰਹੀਆਂ ਅਤੇ ਆਪਣਾ ਲਾਹਾ ਵੀ ਲੈਣ ਦੀ ਕੋਸ਼ਿਸ਼ ਕਰ ਰਹੀਆਂ। ਅਸੀਂ ਗੱਲ ਕਰ ਰਹੇ ਹਾਂ ਅੱਜ ਦਾ ਇੱਕ ਮਹੱਤਵਪੂਰਨ ਮੁੱਦਾ, ਇੱਕ ਦੇਸ਼ ਅਤੇ ਇੱਕ ਚੁਣਾਵ ਦੇ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਖਾਸ ਕਰ NDA ਨੇ ਇਹ ਗੱਲ ਕਹੀ ਕਿ ਇੱਕ ਦੇਸ਼ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੇ ਚੁਣਾਵ ਇਕੱਠੇ ਹੋਣੇ ਚਾਹੀਦੇ। ਕੀ ਇਹ ਹੋ ਸਕਦੇ ਆ? ਕੀ ਇਹ ਸੰਭਵ ਹੈ? ਨਰਿੰਦਰ ਮੋਦੀ ਨੇ ਮੀਟਿੰਗ ਬੁਲਾਈ, ਉਸ ਮੀਟਿੰਗ ਦੇ ਵਿੱਚ ਇੱਕੋ ਹੀ ਮੁੱਦਾ ਰੱਖਿਆ ਗਿਆ ਕਿ ਇੱਕ ਦੇਸ਼ ਦੇ ਵਿੱਚ ਇੱਕ ਚੁਣਾਵ ਹੋਣਾ ਚਾਹੀਦਾ। ਲੇਕਿਨ ਉਸ ਮੀਟਿੰਗ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨਹੀਂ ਪਹੁੰਚੀਆਂ, ਖਾਸ ਕਰਕੇ ਵਿਰੋਧੀ ਧਿਰ ਕਾਂਗਰਸ ਨਹੀਂ ਪਹੁੰਚੀ। ਕਾਂਗਰਸ ਦਾ ਨਾ ਪਹੁੰਚਣਾ ਇਹ ਵੀ ਇੱਕ ਵੱਡਾ ਸਵਾਲ ਹੈ। ਮਾਇਆਵਤੀ, ਬਹੁਜਨ ਸਮਾਜ ਪਾਰਟੀ, ਉਹ ਵੀ ਨਹੀਂ ਪਹੁੰਚੀ। ਅਖਿਲੇਸ਼ ਯਾਦਵ, ਸਮਾਜਵਾਦੀ ਪਾਰਟੀ, ਉਹ ਵੀ ਨਹੀਂ ਪਹੁੰਚੀ। ਅਤੇ ਹੋਰ ਛੋਟੀਆਂ ਜਿਹੜੀਆਂ ਪਾਰਟੀਆਂ ਉਹਨਾਂ ਦਾ ਨਾਂ ਆਉਣਾ, ਘੱਟੋ ਘੱਟ 10 ਪਾਰਟੀਆਂ ਐਸੀਆਂ ਸੀਗੀਆਂ ਜਿਹੜੀਆਂ ਉੱਥੇ ਨਹੀਂ ਪਹੁੰਚੀਆਂ। ਨਾਂ ਆਉਣਾ ਇਹ ਦਰਸਾਉਂਦਾ ਵੀ ਸ਼ਾਇਦ ਉਹਨਾਂ ਦੀ ਇਹ ਸਹਿਮਤੀ ਨਹੀਂ ਹੈ। ਪਰ ਇਹ ਹਮੇਸ਼ਾ ਦੇਖਿਆ ਗਿਆ, ਜਦੋਂ ਸੱਤਾਧਾਰੀ ਕੋਈ ਵੀ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ ਚਾਹੇ BJP ਹੋਵੇ, ਉਹਨੇ ਵਿਪਕਸ਼ ਦੇ ਵਿੱਚ ਆਪਣੀ ਵਿਰੋਧਤਾ ਦਿਖਾਉਣੀ ਹੁੰਦੀ ਆ। ਲੇਕਿਨ ਅਸੀਂ ਅੱਜ ਇਸ ਚੈਨਲ ਰਾਹੀਂ ਆਪਣੇ ਸਟੂਡੀਓ ਦੇ ਵਿੱਚ ਸਿਆਸੀ ਨੁਮਾਇੰਦੇ ਵੀ ਬੁਲਾਏ ਆ ਅਤੇ ਬੁੱਧੀਜੀਵੀ ਵੀ ਬੁਲਾਏ ਆ। ਇਸ ਮੁੱਦੇ 'ਤੇ ਚਰਚਾ ਕਰਾਂਗੇ ਕਿ ਕੀ ਇੱਕ ਦੇਸ਼ ਦੇ ਵਿੱਚ, ਸਾਡੇ ਭਾਰਤ ਦੇਸ਼ ਦੇ ਵਿੱਚ ਇੱਕ ਚੁਣਾਵ ਕੀ ਸੰਭਵ ਹੈ। ਪ੍ਰਧਾਨ ਮੰਤਰੀ ਜੀ ਨੇ ਆਪਣੇ ਉਦਬੋਧਨ ਮੇ ਇਹ ਕਿਹਾ ਕਿ ਇਸ ਸੰਬੰਧ ਮੇ ਇੱਕ ਕਮੇਟੀ ਕਾ ਗਠਨ ਕੀਆ ਜਾਏਗਾ ਜੋ ਨਿਰਧਾਰਿਤ ਸੀਮਾ ਮੇ ਇਸਸੇ ਜੁੜੇ ਸਭੀ ਪੱਖੋਂ ਪਰ ਵਿਚਾਰ ਕਰਕੇ ਆਪਣੇ ਸੁਝਾਓ ਦੇਗੀ। ਇਸ ਸਟੂਡੀਓ ਵਿੱਚ ਬੈਠੇ ਮੇਰੇ ਨਾਲ ਵਪਾਰੀ ਨੇ, ਪਰ ਕਾਂਗਰਸ ਨਾਲ ਵੀ ਸੰਬੰਧਿਤ ਰੱਖਦੇ ਨੇ, ਬਹੁਤ ਉੱਘੇ ਸਮਾਜ ਸੇਵਕ ਵੀ ਨੇ, ਵਿਨੋਦ ਭਾਰਤੀ ਜੀ। ਵਿਨੋਦ ਭਾਰਤੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆ ਇਸ ਪੈਨਲ ਦੇ ਵਿੱਚ, ਇਸ ਚਰਚਾ ਲਈ। ਔਰ ਦੂਸਰੇ ਭਾਰਤੀ ਜਨਤਾ ਪਾਰਟੀ ਦੇ ਸਪੋਕਸਮੈਨ ਨੇ, ਐਡਵਾਈਜ਼ਰ ਨੇ, ਮੀਡੀਆ ਐਡਵਾਈਜ਼ਰ ਵੀ ਨੇ, ਔਰ ਕਾਫੀ ਦੇਰ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਨੇ, ਔਰ ਯੁਵਾ ਔਰ ਜੋਸ਼ੀਲੇ ਨੇਤਾ ਵੀ ਕਹੇ ਜਾਂਦੇ ਨੇ। ਸੰਜੇ ਕਪੂਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੰਜੇ ਜੀ। ਅਤੇ ਤੀਸਰੇ ਸਾਡੇ ਨਾਲ ਸੋਇੰਗ ਮਸ਼ੀਨ, ਜਿਹੜੀ ਆਲ ਇੰਡੀਆ ਦੀ ਇੱਕ ਐਸੋਸੀਏਸ਼ਨ ਹੈ, ਕਲੱਬ ਹੈ, ਉਹਨਾਂ ਦੇ ਜਨਰਲ ਸੈਕਟਰੀ ਵੀ ਨੇ, ਔਰ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਸੰਬੰਧਿਤ ਨੇ, ਸ਼ੁਰੂ ਤੋਂ ਸੀਨੀਅਰ ਉਹਨਾਂ ਦੇ ਨੇਤਾ ਵੀ ਕਹੇ ਜਾਂਦੇ ਨੇ। ਕੁਲਵੰਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਮੇਨ ਮੁੱਦਾ, ਜਿਹੜਾ ਮਹੱਤਵਪੂਰਨ ਮੁੱਦਾ ਪੂਰੇ ਦੇਸ਼ ਲਈ ਨਹੀਂ, ਪੂਰੇ ਹਰ ਵਿਅਕਤੀ ਲਈ ਇਹ ਬਹੁਤ ਜ਼ਰੂਰੀ, ਜਾਣਨਾ ਜ਼ਰੂਰੀ ਹੈ ਕਿ ਸਾਡੇ ਦੇਸ਼ ਦੇ ਵਿੱਚ ਇੱਕ ਦੇਸ਼ ਦੇ ਵਿੱਚ ਇੱਕ ਚੁਣਾਵ ਹੋ ਸਕਦੇ ਹੈ ਕਿ ਨਹੀਂ ਹੋ ਸਕਦੇ। ਪਹਿਲਾ ਸਵਾਲ ਮੈਂ ਭਾਰਤੀ ਜੀ ਕੋਲ ਲੈ ਜਾਂਦਾ। ਭਾਰਤੀ ਜੀ, ਕੀ ਤੁਸੀਂ ਸਮਝਦੇ ਹੋ ਵੀ ਸਾਡੇ ਦੇਸ਼ ਦੇ ਵਿੱਚ ਇਹ ਸੰਭਵ ਹੈ ਵੀ ਇੱਕ ਦੇਸ਼ ਦੇ ਵਿੱਚ ਲੋਕ ਸਭਾ ਵਿਧਾਨ ਸਭਾ ਚੁਣਾਵ ਹੋ ਸਕਦੇ ਆ? ਹਾਲਾਂਕਿ ਅਸੀਂ ਦੂਸਰੇ ਚੁਣਾਵ ਛੱਡ ਦਈਏ, ਕਾਰਪੋਰੇਸ਼ਨ ਦੇ ਚੁਣਾਵ ਛੱਡ ਦਈਏ ਅਗਰ, ਤਾਂ ਕੀ ਇਹ ਦੋਨੋਂ ਚੁਣਾਵ ਹੋ ਸਕਦੇ ਆ? ਬਿਲਕੁਲ ਹੋ ਸਕਦੇ ਆ ਜੀ, ਕਿਉਂਕਿ ਜਦੋਂ ਦੇਸ਼ ਆਜ਼ਾਦ ਹੋਇਆ ਜੀ, 2 ਸਾਲ ਲੱਗੇ ਆਪਣਾ ਵਿਧਾਨ ਬਣਨ ਲਈ, ਤਾਂ ਜਿੱਦਾਂ ਤੁਸੀਂ ਆਪ ਹੀ ਦੱਸਿਆ ਕਿ 1952 1952 ਤੋਂ ਇਲੈਕਸ਼ਨ ਸ਼ੁਰੂ ਹੋਏ, 52 57 62 ਜੀ 67 ਜੀ ਇਲੈਕਸ਼ਨ ਹੋਏ ਹੀ ਹੈ। ਬਿਲਕੁਲ, ਕਿਉਂਕਿ ਉਹ ਇਕੱਠੇ ਹੀ ਹੋਏ ਹੈ। ਉਸ ਤੋਂ ਬਾਅਦ ਜਦੋਂ ਕਈ ਕਾਰਨ ਵਸ਼ ਕਈਆਂ ਦੀ
ਸਟੇਟਾਂ ਡਿਵਾਈਡ ਹੋਈਆਂ ਜੀ ਜੀ, ਉੱਥੇ ਦੁਬਾਰਾ ਇਲੈਕਸ਼ਨ ਹੋਏ ਜੀ, ਕਈ ਸਟੇਟਾਂ ਮੈਜੋਰਿਟੀ ਨਾ ਆਉਣ ਕਰਕੇ ਟੁੱਟ ਗਈਆਂ ਤਾਂ ਇਲੈਕਸ਼ਨ ਹੋਏ ਜੀ, ਉਹ ਜਿਹੜੀ ਕੜੀ ਸੀ ਉਹ ਟੁੱਟ ਗਈ ਬਿਲਕੁਲ, ਉਸ ਤੋਂ ਬਾਅਦ ਉਹ ਟੁੱਟੀ ਹੋਈ ਆਉਂਦੀ ਹੈ ਜੀ। ਤਾਂ ਜਿੱਥੋਂ ਤੱਕ ਸਵਾਲ ਹੋਣਾ ਹੈ, ਜੇਕਰ ਵਾਕਈ ਸਰਕਾਰ ਚਾਹੁੰਦੀ ਜੀ ਕਿ ਅਸੀਂ ਇਲੈਕਸ਼ਨ ਇਕੱਠੇ ਕਰਾਉਣੇ ਆ ਜੀ, ਤਾਂ ਥੋੜ੍ਹਾ ਜਿਹਾ ਉਹ ਸੈਕਰੀਫਾਈਸ ਕਰਦੇ ਜੀ, ਕੁਰਬਾਨੀ ਦਿੰਦੇ। ਉਹਨਾਂ ਦੀ ਦੋ ਸਟੇਟਾਂ ਸੀ, ਮਹਾਰਾਸ਼ਟਰ ਹਰਿਆਣਾ ਜੀ, ਇਹ ਬਿਲਕੁਲ ਡਿਊ ਸੀ ਇਲੈਕਸ਼ਨ ਜੀ, ਤਾਂ ਉਹ ਨਾਲ ਹੀ ਕਰਵਾ ਸਕਦੇ ਸੀ, ਪੰਜ ਪੰਜ ਛੇ ਛੇ ਮਹੀਨੇ ਜੀ ਰਹਿੰਦੇ ਸੀਗੇ ਉਹਨਾਂ ਦੇ। ਜਦਕਿ ਤੇਲੰਗਾਨਾ 'ਚ ਪਿੱਛੇ ਪੰਜ ਸਟੇਟਾਂ ਦੇ ਇਲੈਕਸ਼ਨ ਹੋਏ ਹੋਣੇ, ਛੇ ਮਹੀਨੇ ਪਹਿਲਾਂ ਸਾਰਿਆਂ ਦੇ ਇਲੈਕਸ਼ਨ ਹੋਏ। ਤੇਲੰਗਾਨਾ 'ਚ ਜਾਂ ਉਹਨਾਂ ਨੂੰ ਰੋਕ ਲੈਂਦੇ ਪੰਜ ਸਟੇਟਾਂ ਜੀ, ਤਾਂ ਇਹ ਤਾਂ ਵੀ ਇਕੱਠੇ ਹੋ ਸਕਦੇ ਸੀ ਜੀ। ਤੇਲੰਗਾਨਾ 'ਚ ਉਹਨਾਂ ਨੇ ਟਾਈਮ ਤੋਂ ਪਹਿਲਾਂ ਆਪਣੀ ਸਰਕਾਰ ਭੰਗ ਕਰਕੇ ਪਾਰਲੀਮੈਂਟ ਦੇ ਇਲੈਕਸ਼ਨ 'ਚ ਤੇ ਨਾਲ ਹੀ ਆਪਣੇ ਇਲੈਕਸ਼ਨ ਕਰਾਏ ਜੀ। ਇਸੇ ਤਰ੍ਹਾਂ ਬੀਜੂ ਜਨਤਾ ਦਲ ਨੇ ਵੀ ਆਪਣੀ ਸਟੇਟ ਦੀ ਜਿਹੜੀ ਅਸੈਂਬਲੀ ਹੈ ਟਾਈਮ ਤੋਂ ਪਹਿਲਾਂ ਭੰਗ ਕਰਾ ਕੇ ਪਾਰਲੀਮੈਂਟ ਦੇ ਨਾਲ ਆਪਣੇ ਇਲੈਕਸ਼ਨ ਕਰਾਏ ਜੀ। ਲੇਕਿਨ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਜੀ, ਜੇਕਰ ਉਹਨੂੰ ਇਹ ਸ਼ੁਰੂ 'ਚ ਹੀ ਆਧਾਰ ਬਣਾ ਦਿੰਦੇ ਤਾਂ ਹੋ ਸਕਦਾ ਜਿਹੜੀ ਅੱਜ ਆਪੋਜੀਸ਼ਨ ਵਿਰੋਧ ਕਰ ਰਹੀ ਹੈ ਇਹ ਨਾ ਕਰਦੀ। ਅੱਜ ਮੈਂ ਹੁਣੇ ਆ ਰਿਹਾ ਸੀ, ਸਾਡੇ ਬੈਠੇ ਵਪਾਰੀਆਂ 'ਚ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਮੌਜੂਦਾ ਸਰਕਾਰ ਜੋ ਜਿੱਤ ਕੇ ਆਈ ਹੈ, ਇਹਨਾਂ ਨੇ ਮੈਨੀਫੈਸਟੋ ਬਣਾਇਆ NDA ਨੇ, ਉਸ ਮੈਨੀਫੈਸਟੋ ਵਿੱਚ ਬਹੁਤ ਸਾਰੇ ਸਬਜ਼ ਬਾਗ ਦਿਖਾਤੇ। ਲੋਕਾਂ ਦਾ ਧਿਆਨ ਆਪਣੀ ਮੈਨੀਫੈਸਟੋ ਤੋਂ ਹਟਾਉਣ ਲਈ, ਤਾਂ ਲੋਕਾਂ ਦਾ ਕਹਿਣਾ ਇਹ ਹੈ ਕਿ ਇਹਨਾਂ ਨੇ ਇੱਕ ਨਵਾਂ ਸ਼ਗੂਫਾ ਛੱਡਤਾ ਵੀ ਆਪਾਂ ਸੇਮ ਡੇ ਵਨ ਕੰਟਰੀ ਵਨ ਇਲੈਕਸ਼ਨ ਕਰਵਾਉਣ ਲਈ। ਜਦਕਿ ਇਹਨਾਂ ਕੋਲ ਟਾਈਮ ਸੀਗਾ, ਇਹ ਐਗਜ਼ਾਮਪਲ ਪਹਿਲਾਂ ਪੇਸ਼ ਕਰ ਸਕਦੇ ਸੀ ਬੜੀ ਵਧੀਆ, ਤੇ ਸ਼ਾਇਦ ਜਿਹੜਾ ਅੱਜ ਵਿਰੋਧ ਹੋ ਰਿਹਾ ਇਹ ਨਾ ਹੁੰਦਾ। ਜਿਹੜੀਆਂ ਮੇਨ ਆਪੋਜਿਟ ਪਾਰਟੀਆਂ ਨੇ ਉਹਨਾਂ ਨੇ ਇਸੇ ਕਰਕੇ ਇਹਨਾਂ ਦੀ ਉਸ ਮੀਟਿੰਗ ਦਾ ਬਾਈਕਾਟ ਕੀਤਾ ਔਰ ਉੱਥੇ ਉਹਦੇ 'ਚ ਪਹੁੰਚੇ ਨੇ। ਔਰ ਜਦੋਂ ਵੀ ਇਹੋ ਜਿਹਾ ਹੁੰਦਾ, ਸਭ ਤੋਂ ਪਹਿਲਾਂ ਮੀਟਿੰਗ ਬੁਲਾਉਣ ਤੋਂ ਪਹਿਲਾਂ ਉਹਨਾਂ ਦੇ ਲੀਡਰਾਂ ਨੂੰ ਬੁਲਾ ਕੇ ਕੌਨਫੀਡੈਂਸ 'ਚ ਲਿੱਤਾ ਜਾਂਦਾ, ਵਿਸ਼ਵਾਸ 'ਚ ਲਿੱਤਾ ਜਾਂਦਾ, ਉਸ ਤੋਂ ਬਾਅਦ ਮੀਟਿੰਗਸ ਬਣਾਈਆਂ ਜਾਂਦੀਆਂ। ਚਲੋ ਮੈਂ ਗੱਲ ਕਰ ਲਵਾਂ, ਮੈਂ ਸਰਕਾਰ ਦੇ ਨੁਮਾਇੰਦੇ BJP ਦੇ ਬੈਠੇ ਨੇ ਕਿ ਵਾਕਈ ਵਿਰੋਧੀ ਧਾਰ ਇਹ ਇਸੇ ਕਰਕੇ ਬਣਿਆ ਕਿ ਵਿਸ਼ਵਾਸ, ਜਿਹੜੀ ਸੱਤਾਧਾਰੀ 'ਤੇ ਕੋਈ ਵਿਸ਼ਵਾਸ ਨਹੀਂ ਉਹਨਾਂ ਨੂੰ ਵੀ ਸੱਤਾਧਾਰੀ ਠੀਕ ਇਲੈਕਸ਼ਨ ਕਰੂਗੀ ਕਰੂਗੀ। ਸਵਾਲ ਮੇਰਾ ਹੋਏਗਾ ਕਿ ਵਾਕਈ ਇਲੈਕਸ਼ਨ ਹੋ ਸਕਦੇ ਆ ਲੋਕ ਸਭਾ ਦੇ, ਵਿਧਾਨ ਸਭਾ ਦੇ ਇਕੱਠੇ ਇਸ ਦੇਸ਼ ਦੇ ਵਿੱਚ? ਮਹਿਰਾ ਸਾਹਿਬ ਜੀ, ਅੱਜ ਦੀ ਡਿਬੇਟ 'ਚ ਬੁਲਾਇਆ, ਤੁਹਾਡਾ ਧੰਨਵਾਦ ਹੈ ਜੀ। ਭਾਰਤੀ ਜੀ ਨੇ ਆਪੇ ਸਵਾਲ ਦਾ ਜਵਾਬ ਵੀ ਦੇ ਦਿੱਤਾ ਜੀ ਇਸ ਗੱਲ ਦੇ ਵਿੱਚ ਜੀ। ਇਹਨਾਂ ਨੇ, ਚਾਹੇ ਕਾਂਗਰਸ ਦੇ ਨੁਮਾਇੰਦੇ ਨੇ ਜੀ, ਇਹਨਾਂ ਨੇ ਗੱਲ ਵੀ ਕਰ ਦਿੱਤੀ ਕਿ ਜਦ ਦਾ ਦੇਸ਼ ਆਜ਼ਾਦ ਹੋਇਆ ਸੰਵਿਧਾਨ ਬਣਨ ਤੋਂ ਬਾਅਦ ਜੀ, 47 ਤੋਂ ਬਾਅਦ 52-57 62 ਜੋ ਤੁਸੀਂ ਜੀ ਜੀ ਫਿਕਰਾਂ ਦੱਸੀਆਂ ਜੀ, ਇਲੈਕਸ਼ਨ ਹੋਏ ਲੇਕਿਨ ਫਿਰ ਲੜੀ ਟੁੱਟ ਗਈ ਜੀ, ਇਲੈਕਸ਼ਨ ਦੁਆਰਾ ਹੋ ਸਕਦੇ ਨੇ ਜੀ। ਇਹਨਾਂ ਨੇ ਕਿਹਾ ਕਿ ਜਿਹੜੇ ਇਲੈਕਸ਼ਨ ਜਿਹੜੇ ਡਿਊ ਨੇ ਜੀ ਜਾਂ ਜਿਹੜੇ ਹੋ ਗਏ ਨੇ ਜੀ, ਇਹਨਾਂ ਨੂੰ ਕਰਵਾਇਆ ਜਾ ਸਕਦਾ ਨਾਲ ਜੀ। ਲੇਕਿਨ ਜਦ ਤੱਕ ਸਾਰੀ ਪਾਰਟੀਆਂ ਦਾ ਸਮਰਥਨ ਨਹੀਂ ਹੁੰਦਾ, ਇਹਨਾਂ ਨੇ ਖੁਦ ਹੀ ਇਹਦਾ ਜਵਾਬ ਹੀ ਦੇ ਦਿੱਤਾ ਕਿ ਬਿਨਾਂ ਸਮਰਥਨ ਸਰਕਾਰ ਸੀ ਉੱਥੇ ਤਾਂ ਕਰ ਸਕਦੇ ਸੀ, ਜਦ BJP ਨੇ ਲਾ ਲੈਣਾ ਚਾਹੀਦਾ। ਜਦ ਤੱਕ ਆਪਾਂ ਉਹਦਾ ਇੱਕ ਮਤ ਨਹੀਂ ਹੋਵਾਂਗੇ ਜੀ। ਅੱਜ ਜੇ ਮੀਟਿੰਗ ਬੁਲਾਈ ਹੈ ਜੀ, ਜੇ ਇਹ ਚਾਹੁੰਦੇ ਨੇ ਕਾਂਗਰਸ ਪਾਰਟੀ ਜਾਂ ਦੂਸਰੀ ਪਾਰਟੀਆਂ ਚਾਹੁੰਦੀਆਂ ਨੇ ਕਿ ਇੱਕ ਦੇਸ਼ ਇੱਕ ਚੁਣਾਵ ਹੋਵੇ ਜੀ, ਤੇ ਕਿਉਂ ਨਹੀਂ ਅੱਜ ਦੀ ਮੀਟਿੰਗ 'ਚ ਗਏ ਜੀ ਚਰਚਾ ਕਰਨਾ? ਟੇਬਲ ਤੇ ਬੈਠਣਾ ਤਾਂ ਕੋਈ ਓਪੋਜੀਸ਼ਨ ਦਾ ਕੰਮ ਤਾਂ ਅਪੋਜ਼ ਕਰਨਾ ਜੀ, ਲੇਕਿਨ ਚਰਚਾ ਤਾਂ ਕਰਨੀ ਚਾਹੀਦੀ ਹੈ। ਇੱਕ ਹੈਲਦੀ ਕ੍ਰਿਟਿਸਿਜ਼ਮ ਜ਼ਰੂਰ ਹੋਣਾ ਚਾਹੀਦਾ ਸੀਗਾ ਅੱਜ ਦੀ ਮੀਟਿੰਗ ਦੇ ਵਿੱਚ, ਇਹਨਾਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਸੀਗਾ ਜੀ। ਹਿੰਦੁਸਤਾਨ 130 ਕਰੋੜ ਜਨਤਾ ਦੀ ਆਬਾਦੀ ਦਾ ਦੇਸ਼ ਹੈ ਜੀ, ਔਰ ਹਰ ਸੂਬੇ ਦੇ ਵਿੱਚ 5 ਸਾਲ ਦੇ ਵਿੱਚ ਕਿਤੇ ਨਾ ਕਿਤੇ ਚੁਣਾਵ ਕੋਈ ਨਾ ਕੋਈ ਹੁੰਦਾ ਹੀ ਰਹਿੰਦਾ ਜੀ, ਤੇ ਦੇਸ਼ ਨੂੰ ਆਪਾਂ ਨੇ ਅੱਜ ਇੱਕ
ਜਿਹੜਾ ਕਹਿੰਦੇ ਆ ਕਿ ਮਹਾਂਸ਼ਕਤੀ ਵੱਲ ਜਾ ਰਿਹਾ ਬੰਦਾ ਜਾ ਰਿਹਾ ਉਹ ਤੇ ਹੀ ਹੈ ਜੇ ਅਸੀਂ ਇਲੈਕਸ਼ਨਾਂ ਤੋਂ ਵਿਹਲੇ ਹੋਵਾਂਗੇ। ਇਲੈਕਸ਼ਨਾਂ ਤੋਂ ਸਰਕਾਰ ਕਾਰਜ ਕੋਈ ਇਲੈਕਸ਼ਨ ਹੁੰਦੇ ਨੇ, ਕਿਤੇ ਬੈਂਕ ਦੇ ਮੁਲਾਜ਼ਮ ਹੈ ਚਾਹੇ ਟੀਚਰ ਹੈ, ਉਹ ਸਾਰੇ ਆਪਣੀ ਡਿਊਟੀਆਂ ਦੇਣ ਜਾਂਦੇ ਨੇ ਅਤੇ ਬੜਾ ਸਮਾਂ ਵਿਅਰਥ ਹੁੰਦਾ ਔਰ ਕੰਮ ਕਾਜ ਵੀ ਬੜਾ ਡਿਸਟਰਬ ਹੁੰਦਾ ਸਰਕਾਰ ਦਾ। ਔਰ ਜਿਹੜੇ ਸਾਡੇ ਮੰਤਰੀ ਵੀ ਨੇ ਚਾਹੇ ਐਮ ਐਲ ਏ ਸਾਹਿਬ ਨੇ, ਐਮ ਪੀ ਨੇ, ਰਾਜ ਸਭਾ ਮੈਂਬਰ ਆ, ਉਹ ਵੀ ਇਹਨਾਂ ਚੁਣਾਵਾਂ ਦੇ ਵਿੱਚ ਪਾਰਟੀਸਪੇਟ ਕਰਦੇ ਨੇ ਕਿਸੇ ਸਟੇਟ ਦਾ ਵੀ ਹੋਵੇ। ਇੱਕ ਦੇਸ਼ ਦੇ ਵਿੱਚ ਇੱਕ ਚੁਣਾਵ, ਅਸੀਂ ਇਸ ਤੋਂ ਪਹਿਲਾਂ ਵੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਵੀ ਮੋਦੀ ਜੀ ਨੇ ਕਿਹਾ ਸੀਗਾ, ਇਹੀ ਨਾਰਾ ਦਿੱਤਾ ਸੀ ਕਿ ਇੱਕ ਦੇਸ਼ ਦੇ ਵਿੱਚ ਇੱਕੋ ਚੁਣਾਵ ਕਰਾਓ, ਕਰਵਾਏ ਕਿਉਂ ਨਹੀਂ, ਕਿਉਂਕਿ ਪਾਰਟੀ ਨਾਲ ਬਾਕੀ ਨਾਲ ਸਹਿਮਤੀ ਵੀ ਤਾਂ ਕਰਦੀ ਨਾ, ਸਹਿਮਤੀ ਕਿਉਂ ਨਹੀਂ ਹੋਈ, ਕਿਉਂਕਿ 19 ਸਟੇਟਾਂ ਦੇ ਵਿੱਚ ਜਦੋਂ ਚੁਣਾਵ ਤੁਸੀਂ ਭਾਰਤੀ ਜਨਤਾ ਪਾਰਟੀ ਨੇ ਕਰਾਏ ਆ, ਜੇ ਉਹਨਾਂ ਨੂੰ ਰੋਕ ਲੈਂਦੇ ਤਾਂ ਇਹਨਾਂ ਦਾ ਕਹਿਣਾ ਸਹੀ ਸੀ, ਰੋਕ ਲੈਂਦੇ ਇੱਦਾਂ ਨਹੀਂ ਰੁਕ ਸਕਦੇ। ਦੇਖੋ ਇਸ ਤਰ੍ਹਾਂ ਨਹੀਂ ਹੈ, ਜੇ ਜਿਹੜੇ ਚੁਣਾਵ ਡਿਊ ਨੇ ਅੱਧਾ ਇੱਕ ਕਾਨੂੰਨ ਆਪਾਂ ਬਣਾਉਣਾ ਹਾਲੇ ਬਣਿਆ ਨਹੀਂ ਹੈ, ਆਪਾਂ ਇੱਕ ਬਿੱਲ ਨੂੰ ਪਾਸ ਕਰਾਉਣਾ, ਇਹ ਲੋਕ ਸਭਾ ਰਾਜ ਸਭਾ ਦੇ ਵਿੱਚ ਜਿਤਨੇ ਸਾਡੇ ਮੈਂਬਰ ਜਿਤਨੀਆਂ ਪਾਰਟੀਆਂ ਨੇ ਜਦੋਂ ਸਾਰੀਆਂ ਟੇਬਲ ਤੇ ਬੈਠਣਗੀਆਂ, ਕੋਈ ਇਹ ਤਾਂ ਹੈ ਨਹੀਂ ਗਾ ਕਿ ਅੱਜ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੇ, ਕੋਈ ਡਿਕਟੇਟਰਸ਼ਿਪ ਤਾਂ ਨਹੀਂ ਨਾ ਜੀ, ਸਾਰਿਆਂ ਦਾ ਸਭ ਕਾ ਸਾਥ ਸਭ ਕਾ ਵਿਕਾਸ ਔਰ ਸਭ ਕਾ ਵਿਸ਼ਵਾਸ ਤੀਸਰਾ ਨਾਰਾ ਨਾਲ ਉਹਨਾਂ ਨੇ ਐਡੀਸ਼ਨ ਕੀਤਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਲੋਕ ਸਭਾ ਦੇ ਵਿੱਚ ਵੀ ਜਦੋਂ ਪਰਸੋਂ ਸੋਚ ਚੱਕੀ ਸਾਰਿਆਂ ਨੇ ਆਪਣੇ ਮੰਤਰੀ ਮੈਂਬਰ ਪਾਰਲੀਮੈਂਟ ਬਣਨ ਦੀ, ਉੱਧਰ ਵੀ ਉਹਨਾਂ ਨੇ ਕਿਹਾ, ਕਾਂਗਰਸ ਨੂੰ ਵੀ ਕਿਹਾ ਕਿ ਤੁਸੀਂ ਫਿਗਰ ਵੱਲ ਧਿਆਨ ਨਾ ਦਈਓ ਕਿ ਤੁਹਾਡੀ ਸੰਖਿਆ ਘੱਟ ਹੈ, ਲੇਕਿਨ ਤੁਹਾਨੂੰ ਅਸੀਂ ਪੂਰਾ ਮਾਣ ਇੱਜ਼ਤ ਦਿਆਂਗੇ, ਆਪਾਂ ਜਿਹੜਾ ਲੋਕ ਸਭਾ ਦਾ ਜਿਹੜਾ ਸਦਨ ਚੱਲਣ ਦੇ ਵਿੱਚ ਸਹਿਯੋਗ ਕਰੀਓ ਤੁਸੀਂ, ਕਿ ਇਹ ਨਹੀਂ ਹੈ ਕਿ ਕੱਲ੍ਹ ਨੂੰ ਜਿਹੜੀ ਜੋ ਚੀਜ਼ ਦੇਸ਼ ਦੀ ਬੈਟਰਮੈਂਟ ਲਈ ਕੋਈ ਵੀ ਪਾਰਟੀ ਕੋਈ ਲੈ ਕੇ ਆਉਂਦੀ ਹੈ ਪ੍ਰਸਤਾਵ, ਮੈਂ ਸਮਝਦਾ ਕਿ ਉਹ ਪਾਸ ਹੋਣਾ ਚਾਹੀਦਾ। ਤੁਸੀਂ ਲਾਓ ਦੀ ਗੱਲ ਕੀਤੀ ਆ, ਧਾਰਾ 356 ਦੇ ਅੰਦਰ ਸੈਂਟਰ ਕੋਲ ਰਾਈਟ ਹੈ ਸੂਬੇ ਨੂੰ ਉਹਦੀ ਮੁਲਤਵੀ ਕਰਨ ਦਾ, ਬਿਲਕੁਲ ਹੈਗਾ, ਭੰਗ ਕਰਨ ਦਾ, ਸਰਕਾਰ ਭੰਗ ਕਰਨ ਦਾ ਕੋਈ ਰਾਈਟ ਹੈ, ਔਰ ਕਈ ਭੰਗ ਕੀਤੇ ਜੇ ਐਂਡ ਕੇ ਦੇ ਵਿੱਚ ਗਵਰਨਰ ਰਾਜ ਲਾਇਆ, ਕਿਤੇ ਵੀ ਲਾਇਆ, ਹੋਰ ਕਈ ਜਗ੍ਹਾ ਤੇ ਲੱਗੇ, ਪੋਜੀਸ਼ਨ ਚਾਹੇ ਅੱਡ ਹੋ ਗਈ, ਲੇਕਿਨ ਉੱਥੇ ਧਾਰਾ 'ਚ ਤੁਹਾਡੇ ਕੋਲ ਸੰਵਿਧਾਨ ਦੇ ਵਿੱਚ ਕਹਿੰਦਾ ਤਾਂ ਹੈ ਨਾ 356 ਦੇ ਵਿੱਚ ਤੁਸੀਂ ਸਰਕਾਰਾਂ ਦੇ ਜਿਹੜੇ ਰਾਜ ਸਰਕਾਰਾਂ ਦੇ ਸੂਬੇ ਆ ਉਹਨਾਂ ਨੂੰ ਭੰਗ ਕਰ ਸਕਦੇ ਹੋ, ਲੇਕਿਨ ਇਹਨਾਂ ਦਾ ਕਹਿਣਾ ਮਤਲਬ ਇਹ ਸੀਗਾ ਵੀ ਜੇ ਬੀਜੇਪੀ ਚਾਹੁੰਦੀ ਤਾਂ ਕਰ ਸਕਦੀ ਸੀ, ਇਹਦਾ ਮਤਲਬ ਇਹ ਧਿਆਨ ਭਟਕਾਉਣ ਵਾਲੀ ਗੱਲ ਨਹੀਂ, ਕੋਈ ਧਿਆਨ ਭਟਕਾਉਣ ਵਾਲੀ ਗੱਲ ਨਹੀਂ, ਸਾਫ ਸੁਥਰਾ ਮੁੱਦਾ ਸੀਗਾ, ਲੋਕਾਂ ਨੇ ਕਾਂਗਰਸ ਦੇ ਮੈਨੀਫੈਸਟੋ ਨੂੰ ਪਸੰਦ ਨਹੀਂ ਕੀਤਾ, ਜੋ ਇਹਨਾਂ ਨੇ ਕਿਹਾ ਸੀ ਕਿ 7000 ਰੁਪਇਆ ਮਹੀਨਾ ਅਸੀਂ ਦਿਆਂਗੇ ਹਰ ਕਿਸੇ ਨੂੰ, ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ। ਦੇਖੋ ਲੋਕ ਅੱਜ ਕਾਂਗਰਸ ਦੀ ਗੱਲਾਂ ਤੇ, ਅੱਜ ਉਹ ਕਾਂਗਰਸ ਕਾਂਗਰਸ ਨਹੀਂ ਹੈ, ਲੋਕਾਂ ਦਾ ਵਿਸ਼ਵਾਸ ਉੱਠ ਗਿਆ, ਜਿਹੜਾ ਮੋਦੀ ਜੀ ਨੇ ਨਾਰਾ ਦਿੱਤਾ ਹੈ ਕਾਂਗਰਸ ਮੁਕਤ ਭਾਰਤ, ਇਹਦਾ ਮਤਲਬ, ਚਲੋ ਮੈਂ ਗੱਲ ਤੁਹਾਡੀ ਠੀਕ ਹੈ, ਚਲੋ ਤੁਹਾਡੇ ਜਿੱਤ ਹੋਈ ਹੈ ਇਸ ਕਰਕੇ ਤੁਹਾਡੇ ਨਾਰੇ ਸਾਰੇ ਸਫਲ ਹੈਗੇ ਆ। ਹੁਣ ਮੈਂ ਗੱਲ ਕਰਨਾ ਸਾਡੇ ਸਵਿੰਗ ਮਸ਼ੀਨ ਦੇ ਸੀਨੀਅਰ ਆਗੂ ਵੀ ਨੇ, ਜਨਰਲ ਸੈਕਟਰੀ ਨੇ ਕੁਲਵੰਤ ਸਿੰਘ ਜੀ। ਕੁਲਵੰਤ ਸਿੰਘ ਜੀ, ਤੁਹਾਡਾ ਇਹੀ ਸਵਾਲ ਹੈ ਵੀ ਦੇਖੋ ਦੇਸ਼ ਦੇ ਵਿੱਚ ਪਹਿਲਾਂ ਵੀ ਹੋਏ ਆ, ਦੋ ਤਰਕ ਹੈ, ਹੋ ਸਕਦੇ ਕਿ ਨਹੀਂ ਹੋ ਸਕਦੇ, ਹੋ ਸਕਦੇ ਦਾ ਮਤਲਬ ਇਹ ਹੈ ਵੀ ਉਹਦੇ ਵਿੱਚ ਫਾਇਦਾ ਇਹ ਹੈ, ਮੈਂ ਇੱਕ ਇੱਕ ਤੁਹਾਨੂੰ ਲਾਈਨ ਜ਼ਰੂਰ ਦੇਵਾਂਗਾ, ਉਸ ਤੋਂ ਬਾਅਦ ਤੁਸੀਂ ਆਪਣਾ ਜ਼ਰੂਰ ਆਪਣਾ ਤਜਰਬਾ ਦੱਸੋ। ਹੋ ਸਕਦਾ ਹੈ ਵੀ ਇੱਕੋ ਵਾਰੀ ਇੱਕ ਦੇਸ਼ ਦੇ ਵਿੱਚ ਆਚਾਰ ਸੰਹਿਤਾ ਲੱਗੇਗੀ, ਦੇਸ਼ ਦੀ ਆਰਥਿਕ ਸਥਿਤੀ 'ਤੇ ਜਿਹੜਾ ਉਹ ਫਰਕ ਪਏਗਾ। ਤੀਸਰਾ ਜਿਹੜਾ ਤਰਕ ਲੋਕ ਦੇ ਰਹੇ ਆ, ਜਿਹੜੇ ਬੁੱਧੀਜੀਵੀ ਦੇ ਰਹੇ ਆ, ਵੀ ਜਿੰਨਾ ਵੀ ਤੰਤਰ ਮੰਤਰ ਜਿੱਦਾਂ ਜਿੰਨੇ ਵੀ ਸਾਡੇ ਸਰਕਾਰੀ ਮੁਲਾਜ਼ਮ ਹੈ ਉਹ ਸਾਰੇ ਹਰ ਸਾਲ, ਕਿਉਂਕਿ ਹਰ ਸਾਲ ਕਿਤੇ ਨਾ ਕਿਤੇ ਕਿਸੇ ਵੀ ਸਟੇਟ ਦੇ ਵਿੱਚ ਚੁਣਾਵ ਵਿਧਾਨ ਸਭਾ ਦੇ ਪੈਂਡਿੰਗ ਹੁੰਦੇ ਆ, ਤਾਂ ਦੇਸ਼ ਜਿਹੜਾ ਹੈ ਉਹ ਜਿਹੜਾ ਸਾਰਾ ਚੁਣਾਵ ਦੇ ਮੋੜ ਦੇ ਵਿੱਚ ਰਹਿੰਦਾ ਹਮੇਸ਼ਾ ਹੀ, ਜਿਹੜਾ ਲੋਕਾਂ ਨੇ ਪੋਲਿਸੀਆਂ ਬਣਾਈਆਂ ਹੁੰਦੀਆਂ ਵਿਕਾਸ ਹੁੰਦਾ, ਉਹ ਵਿਕਾਸ ਨਹੀਂ ਹੋ ਸਕਦਾ, ਇਹ ਵੀ ਇੱਕ ਤਰਕ ਆ। ਜਿਹੜੇ ਵਿਪਕਸ਼ 'ਚ ਉਹ ਕਹਿੰਦੇ ਆ ਵੀ ਇਹ ਹੋ ਨਹੀਂ ਸਕਦਾ, ਸਾਡਾ ਐਡਾ ਵੱਡਾ 130 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ, ਨਹੀਂ ਹੋ ਸਕਦਾ, ਇਹ ਪੋਸੀਬਲ ਨਹੀਂ ਹੈਗਾ, ਔਰ ਜਿਹੜੀ ਉਹਦੇ ਵਿੱਚ ਖਰਚਾ ਉਹ ਜ਼ਿਆਦਾ ਆਏਗਾ, ਕਿਉਂਕਿ ਜਦੋਂ ਚੁਣਾਵ ਜੋ ਉਹਨਾਂ ਗੱਲ ਕੀਤੀ ਸੀ, ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂ
2019 ਵਿੱਚ ਜਦੋਂ ਸੋਚਿਆ ਸੀ ਇਹਨਾਂ ਨੇ ਕਰਾ NDA ਨੇ ਸੋਚਿਆ ਸੀ ਉਦੋਂ EVM ਮਸ਼ੀਨਾਂ ਦਾ ਹੀ ਉਹਨਾਂ ਨੇ ਡਾਟਾ ਲਿਆ ਸੀ 4500 ਕਰੋੜ ਰੁਪਏ ਦਾ ਖਰਚਾ ਸੀ ਉਹ ਕਹਿੰਦੇ ਅਗਰ ਅੱਜ ਤੁਸੀਂ 2019 'ਚ ਚੁਣਾਵ ਕਰਾਉਂਦੇ ਹੋ ਇੱਕ ਵਾਰ 4500 ਕਰੋੜ ਰੁਪਈਆ ਘੱਟੋ ਘੱਟ EVM ਮਸ਼ੀਨਾਂ 'ਤੇ ਲੱਗਣਾ ਲੇਕਿਨ ਉਹ ਖਰਚਾ ਵਨ ਟਾਈਮ ਸੀਗਾ ਇਹ ਹੁਣ ਤੁਸੀਂ ਦੱਸੋ ਵੀ ਤੁਸੀਂ ਤਰਕ ਕੀ ਦੇ ਰਹੇ ਹੋ ਚੁਣਾਵ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ ਅਤੇ ਦੋਨੇ ਤਰਕ ਜੇ ਹੋਣੇ ਤਾਂ ਉਹਦਾ ਕੀ ਫਾਇਦਾ ਨਹੀਂ ਹੋਣੇ ਤਾਂ ਉਹਦਾ ਕੀ ਨੁਕਸਾਨ ਹੈ ਮੇਰਾ ਸਾਹਿਬ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੇ ਅੱਛੇ ਟੌਪਿਕ ਦੇ ਉੱਤੇ ਅੱਜ ਸਾਰਿਆਂ ਨੂੰ ਬੁਲਾਇਆ ਜੀ ਜੀ ਔਰ ਮੈਂ ਇੱਕ ਗੱਲ ਦੇ ਉੱਤੇ ਵਪਾਰਕ ਤੌਰ ਦੇ ਉੱਤੇ ਇੱਕ ਸਲਾਹ ਦੇਣੀ ਚਾਹੁੰਦਾ ਹਾਂ ਕਿ ਇੱਕ ਦੇਸ਼ ਦੇ ਵਿੱਚ ਇੱਕ ਵਾਰੀ ਹੀ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਜੋ ਦੇਸ਼ ਦੀ ਇਕੋਨਮੀ ਨੂੰ ਫਰਕ ਪੈਂਦਾ ਹੈ ਵਪਾਰਕ ਤੌਰ 'ਤੇ ਫਰਕ ਪੈਂਦਾ ਸਮਾਜ ਵੰਡਿਆ ਜਾਂਦਾ ਲੋਕ ਆਪਸ ਵਿੱਚ ਲੜਦੇ ਆ ਹਰ ਸਾਲ ਲੜਾਈਆਂ ਹੁੰਦੀਆਂ ਜਦੋਂ 5 ਸਾਲ ਬਾਅਦ ਇੱਕ ਵਾਰੀ ਚੋਣ ਹੋਣਗੇ ਇੱਕੋ ਵਾਰੀ ਹੋਣਗੇ ਔਰ ਕੁਛ ਲੋਕ ਤਾਂ ਐਸੇ ਆ ਜਿਹੜੇ ਸਪੈਸ਼ਲ ਲੋਕਾਂ ਨੇ ਹਾਇਰ ਕੀਤੇ ਹੋਏ ਆ ਕਿ ਇਲੈਕਸ਼ਨ ਆ ਰਹੀ ਹੈ ਇਹਨਾਂ ਨੂੰ ਪਹਿਲਾਂ ਹਾਇਰ ਕਰ ਲਓ ਇਹ ਲੜਾਈਆਂ ਕਰਨਗੇ ਧਰਨੇ ਦੇਣਗੇ ਆਹ ਕਰਨਗੇ ਅਸੀਂ ਬੜੀਆਂ ਸਾਰੀਆਂ ਗੱਲਾਂ ਦੇਖਦੇ ਹਾਂ ਕਿ JNK ਦੇ ਵਿੱਚ ਵੱਟੇ ਮਾਰਨ ਵਾਸਤੇ ਵੀ ਕਿਰਾਏ 'ਤੇ ਬੰਦੇ ਲਿਆਉਂਦੇ ਜਾਂਦੇ ਆ ਕਿਉਂਕਿ ਫਲਾਨੀ ਸਟੇਟ 'ਚ ਇਲੈਕਸ਼ਨ ਆ ਔਰ ਕਿਉਂ ਨਾ ਪਹਿਲਾਂ ਸ਼ੋਰ ਮਚਾ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਆ ਮੈਂ ਕਿਸੇ ਨੂੰ ਵੀ ਅਪੋਜ ਨਹੀਂ ਕਰਦਾ ਪਰ ਮੈਂ ਸਲਾਹ ਦਿੰਦਾ ਕਿ ਉਹਨਾਂ ਸਾਰਿਆਂ ਨੂੰ ਇਹਨੂੰ ਮੰਨਣਾ ਚਾਹੀਦਾ ਹੈ ਸਾਡਾ ਸਾਰਾ ਤੰਤਰ ਇਸੇ ਤਰ੍ਹਾਂ ਵੰਡਿਆ ਜਾਂਦਾ ਹੈ ਤੁਸੀਂ ਦੇਖੋ ਇਲੈਕਸ਼ਨਾਂ ਤੋਂ ਪਹਿਲਾਂ ਆ ਕੇ ਇੱਕ ਮਨ ਬਣਿਆ ਹੁੰਦਾ ਹੈ ਕਿ ਜੇ ਇਲੈਕਸ਼ਨਾਂ ਆ ਗਈਆਂ ਅਸੀਂ ਕੋਈ ਨਾ ਕੋਈ ਮੰਗ ਰੱਖਣੀ ਹੈ ਸੜਕਾਂ ਰੋਕ ਲਓ ਲਾਈਨਾਂ ਰੋਕ ਲਓ ਟ੍ਰੇਨਾਂ ਬੰਦ ਹੋ ਜਾਂਦੀਆਂ ਜਿਹੜਾ ਆਮ ਤੌਰ 'ਤੇ ਜਿੱਥੇ ਹੋਰ ਖਰਚੇ ਹੁੰਦੇ ਆ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੁੰਦੀ ਹੈ ਉਹ ਬਹੁਤ ਵੱਡੀ ਪਰੇਸ਼ਾਨੀ ਹੈ ਜਿੰਨੀਆਂ ਲੜਾਈਆਂ ਇਲੈਕਸ਼ਨਾਂ ਦੇ ਦਰਮਿਆਨ 'ਚ ਹੁੰਦੀਆਂ ਇਲੈਕਸ਼ਨ ਤੋਂ 1 ਮਹੀਨਾ 2 ਮਹੀਨੇ ਪਹਿਲਾਂ ਹੁੰਦੀਆਂ ਤੁਸੀਂ ਦੇਖੋ ਪੂਰੇ ਸਾਲ 'ਚ ਨਹੀਂ ਹੁੰਦੀਆਂ ਔਰ ਜੇ ਵਨ ਟਾਈਮ ਇਲੈਕਸ਼ਨ ਹੋਊਗੀ ਇਹ ਲੜਾਈਆਂ ਖਤਮ ਹੋ ਜਾਣਗੀਆਂ ਸਰਕਾਰੀ ਤੰਤਰ ਆਪਣੇ ਕੰਮ 'ਤੇ ਬੈਠੂਗਾ ਔਰ ਰੋਜ਼ ਧਰਨੇ ਖਤਮ ਹੋ ਜਾਣਗੇ ਔਰ ਇਹ ਬਹੁਤ ਜ਼ਰੂਰੀ ਹੈ ਇਹ ਇੰਨਾ ਕੁ ਲਾਜ਼ਮੀ ਹੈ ਇਸ ਦੇਸ਼ ਦੇ ਵਿੱਚ ਤੁਸੀਂ ਚਾਈਨਾ ਨੂੰ ਲਓ ਚਾਈਨਾ ਦੇ ਵਿੱਚ ਇੱਕ ਵਾਰੀ ਇਲੈਕਸ਼ਨ ਹੁੰਦੀ ਹੈ ਔਰ ਕੌਂਸਲਰ ਚੁਣਿਆ ਜਾਂਦਾ ਕੌਂਸਲਰ ਅੱਗੇ ਆਪਦੇ ਲੀਡਰ ਚੁਣਦੇ ਆ ਔਰ ਸਾਡੇ ਦੇਸ਼ ਦੇ ਵਿੱਚ ਤਾਂ ਅੱਜ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਜੀ ਨਗਰ ਨਿਗਮ ਦੀਆਂ ਹੋ ਰਹੀਆਂ ਔਰ ਜਾਂ ਸਾਡੇ ਇੱਥੇ ਲੋਕ ਸਭਾ ਦੀਆਂ ਹੋ ਰਹੀਆਂ ਲੋਕ ਤਾਂ ਇੰਨਾ ਇੰਨਾ ਇੰਟਰਸਟ ਲੈਣ ਲੱਗ ਗਿਆ ਕਿ ਰਾਜ ਸਭਾ ਦੇ ਵਾਸਤੇ ਲੀਡਰ ਬਣਾਉਣ ਲਈ ਬਹੁਤ ਸਾਰੇ ਹੱਲੇ ਗੁੱਲੇ ਹੁੰਦੇ ਆ ਕਿ ਜੀ ਅੱਜ ਰਾਜ ਸਭਾ ਦਾ ਮੈਂਬਰ ਬਣਾਉਣਾ ਹੈ ਉਹਦੇ ਨਾਲ 100 ਬੰਦਾ ਦਿੱਲੀ ਜਾ ਰਿਹਾ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਜੇ ਅਸੀਂ ਦੇਖੀਏ ਮੇਰਾ ਖਿਆਲ ਆ ਕਿ 4500 ਕਰੋੜ ਜਿਹੜਾ ਤੁਸੀਂ ਇੱਕ ਐਸਟੀਮੇਟ ਦਿੱਤਾ ਹੈ ਇਹ ਖਰਚ ਦੇਣਾ ਬਹੁਤ ਹੀ ਜ਼ਰੂਰੀ ਸੀਗਾ ਔਰ ਬਹੁਤ ਥੋੜ੍ਹਾ ਆ ਔਰ ਜੋ ਹੋਰ ਬਚਾਅ ਹੋ ਰਿਹਾ ਬਹੁਤ ਵੱਡੇ ਆ ਮੈਂ ਸਾਰੇ ਲੀਡਰਾਂ ਨੂੰ ਵਿਰੋਧੀ ਧਿਰ ਨੂੰ ਵੀ ਇਹੀ ਰਿਕੁਐਸਟ ਕਰੂੰਗਾ ਕਿ ਉਹਨਾਂ ਨੂੰ ਮੋਦੀ ਸਾਹਿਬ ਦਾ ਸਾਥ ਦੇ ਕੇ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਵਪਾਰ ਦਾ ਦੁਨੀਆ ਦੇ ਵਿੱਚ ਸਾਡੀ ਜਿਹੜੀ ਸ਼ਾਖ ਖਰਾਬ ਹੁੰਦੀ ਆ ਕਿਉਂਕਿ ਲੀਡਰ ਜਦੋਂ ਬੋਲਦੇ ਇੱਕ ਦੂਜੇ ਦੇ ਖਿਲਾਫ਼ ਬੋਲਦੇ ਆ ਸਾਡੀ ਵਿਦੇਸ਼ਾਂ ਦੇ ਵਿੱਚ ਇੰਨੀ ਸ਼ਾਖ ਖਰਾਬ ਹੁੰਦੀ ਹੈ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਸ਼ਾਇਦ ਲੋਕਲ ਲੀਡਰਾਂ ਨੂੰ ਨਹੀਂ ਪਤਾ ਇਸ ਗੱਲ ਦਾ ਹਾਂਜੀ ਤੇ ਮੇਰੀ ਇਹੀ ਗੁਜ਼ਾਰਿਸ਼ ਹੈ ਕੋਈ ਵੀ ਨੇਤਾ ਦੂਸਰੇ ਨੂੰ ਕੋਈ ਕਸਰ ਨਹੀਂ ਛੱਡਦਾ ਨਹੀਂ ਛੱਡਦਾ ਜੀ ਗਲਤ ਬੋਲਦਾ ਆ ਤੇ ਉਹਦੇ ਬਾਰੇ ਇਲਜ਼ਾਮ ਲਾਉਂਦਾ ਆ ਜਿਹੜਾ ਵਿਦੇਸ਼ਾਂ ਵਿੱਚ ਸਾਡੀ ਸਿਰ ਨੀਵੇਂ ਹੁੰਦੇ ਇਸ ਗੱਲ ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਮੈਨੂੰ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਘੱਟੋ ਘੱਟ ਕਾਫੀ ਦੇਸ਼ ਐਸੇ ਹੈ ਜਿੱਥੇ ਚਾਈਨਾ ਦੀ ਤੁਸੀਂ ਗੱਲ ਕੀਤੀ ਹੈ ਦਕਸ਼ਣ ਅਫਰੀਕਾ ਹੈ ਜਰਮਨੀ ਹੈ ਪੋਲੈਂਡ ਹੈ ਬੈਲਜੀਅਮ ਹੈ ਇਹ ਕਾਫੀ ਇੰਡੋਨੇਸ਼ੀਆ ਹੈ ਲੋਕ ਜਿਹੜੇ ਹੈ ਇਹ ਦੇਸ਼ ਇੱਕ ਦੇਸ਼ ਦੇ ਵਿੱਚ ਇੱਕੋ ਵਾਰੀ ਚੁਣਾਵ ਹੁੰਦੇ ਉਹਨਾਂ ਦੇ ਔਰ ਅਸੀਂ ਇਹ ਮੰਨਦੇ ਹਾਂ ਵੀ ਉਹਨਾਂ ਦੇਸ਼ ਜਿਹੜੇ ਸਾਡੀ ਆਬਾਦੀ ਨਾਲੋਂ ਬਹੁਤ ਘੱਟ ਨੇ ਲੇਕਿਨ ਉਹ ਕਰ ਰਹੇ ਆ
ਇੱਕ ਚੁਣਾਵ ਕਰਦੇ ਰਹੇ ਨਾ, ਤੁਸੀਂ ਉਹਨਾਂ ਦੀ ਪਾਲਿਸੀ ਅਡਾਪਟ ਕਰ ਸਕਦੇ ਹੋ। ਸਰ ਚਾਈਨਾ ਦੀ ਆਬਾਦੀ, ਚਾਈਨਾ ਦੀ ਆਬਾਦੀ ਸਾਡੇ ਨਾਲੋਂ ਜ਼ਿਆਦਾ, ਉੱਥੇ ਵਨ ਟਾਈਮ ਇਲੈਕਸ਼ਨ ਸਕਸੈਸ ਆ ਜੋ ਕਰ ਸਕਦੇ। ਸਾਡੀ ਆਪਣੀ ਆਬਾਦੀ ਜਿਹੜੀ ਆ, ਜਿਹੜੇ ਤੁਸੀਂ ਪਹਿਲਾਂ ਫਿਗਰ ਦਿੱਤੇ ਆ ਕਿ 67 or 62 ਔਰ ਜਿਹੜੇ ਉਸ ਤੋਂ ਪਹਿਲਾਂ ਵਾਲੇ, ਤੇ ਉਹੀ ਕੰਟਰੀ ਆ ਜੀ, ਅਸੀਂ ਉਹੀ ਲੋਕ ਆ। ਲੜਾਈ ਦਾ ਕਾਰਨ, ਕੁਛ ਕਾਰਨ ਲੜਾਈ ਦੇ ਇਲੈਕਸ਼ਨ ਹੀ ਆ। ਉਹਦਾ ਉਹ ਕਾਰਨ ਦੱਸ ਰਹੇ ਵੀ ਉਦੋਂ ਆਬਾਦੀ ਘੱਟ ਸੀ ਤੇ ਹੁਣ ਆਬਾਦੀ ਜ਼ਿਆਦਾ ਆ। ਤੇ ਲੇਕਿਨ ਜਿਹੜੇ ਇਸ ਵੇਲੇ ਜਿਹੜੀ ਗੱਲ ਕਰ ਰਹੇ ਆ, ਮੋਦੀ ਸਰਕਾਰ ਵੀ ਕਹਿ ਰਹੇ ਵੀ ਹੁਣ ਸਾਡੇ ਕੋਲ ਇਲੈਕਟ੍ਰੋਨਿਕਸ, ਸਾਡੇ ਕੋਲ ਹਾਈਟੈਕਸ ਸਾਰੇ ਸਿਸਟਮ ਹੈ, ਅਸੀਂ ਚੁਣਾਵ ਕਰ ਸਕਦੇ ਹਾਂ। ਉਦੋਂ ਬੈਲਟ ਪੇਪਰ ਤਾਂ ਹੁੰਦੇ ਸੀ, ਪੋਸੀਬਲ ਘੱਟ ਹੁੰਦਾ ਸੀ। ਮੈਂ ਭਾਰਤ ਜੀ ਨੂੰ ਗੱਲ ਕਰਦਾ, ਭਾਰਤ ਜੀ ਕੀ ਤੁਸੀਂ ਸਮਝਦੇ ਹੋ ਵੀ ਇਸ ਵੇਲੇ ਜੇ ਸਾਡਾ ਹਾਈਟੈਕ ਟੈਕਨੋਲੋਜੀ ਸਾਡੇ ਕੋਲ ਹੈਗੀ ਆ ਤੇ ਕੀ ਇਲੈਕਸ਼ਨ ਹੋ ਨਹੀਂ ਸਕਦੇ? ਦੇਖੋ, ਸਰਕਾਰ ਦੇ ਕੋਲ ਬੜੀ ਪਾਵਰ ਹੁੰਦੀ ਹੈ। ਸਰਕਾਰ ਜੋ ਕੰਮ ਕਰਾਉਣਾ ਚਾਹੇ, ਸਰਕਾਰ ਦੀ ਨੀਤੀ ਬਣਾਉਣ ਲਈ ਜੀ ਨੀਅਤ ਵੀ ਸਾਫ਼ ਚਾਹੀਦੀ ਹੈ। ਬਿਲਕੁਲ, ਉਹਦਾ ਉਹਨਾਂ ਨੂੰ ਆਪੋਜੀਸ਼ਨ ਨੂੰ ਇਹ ਵਿਸ਼ਵਾਸ ਦਿਵਾਉਣਾ ਪਊਗਾ ਕਿ ਜੋ ਸਾਡੀ ਨੀਅਤ ਨੀਤੀ ਹੈ ਜੀ, ਸਾਡੀ ਨੀਤੀ ਨੂੰ ਨੇਪਰੇ ਚਾੜਨ ਲਈ ਸਾਡੀ ਨੀਅਤ ਵੀ ਸਾਫ਼ ਹੈ। ਅੱਛਾ, ਮੈਂ ਇੱਥੇ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ। ਹੁਣ ਵੀ ਭਾਈ ਸਾਹਿਬ ਨੇ ਗੱਲ ਕੀਤੀ ਵੀ ਰਾਹੁਲ ਗਾਂਧੀ ਨੇ ਸ਼ੁਰੂ ਤੋਂ ਕਹਿਤਾ ਵੀ ਨੀਅਤ ਸਾਫ਼ ਨਹੀਂ ਹੈ ਮੋਦੀ ਦੀ, ਫਿਰ ਵੀ ਜਿੱਤ ਗਏ। ਚਾਈਨਾ ਦੀ ਗੱਲ ਕੀਤੀ ਉਹਨਾਂ ਨੇ ਜੀ, ਚਾਈਨਾ ਦਾ ਤੇ ਹਿੰਦੁਸਤਾਨ ਦਾ ਬਹੁਤ ਵੱਡਾ ਅੰਤਰ ਹੈ ਜੀ। ਚਾਈਨਾ 'ਚ ਵਨ ਪਾਰਟੀ ਸਿਸਟਮ ਹੈ ਜੀ, ਉੱਥੇ ਇਲੈਕਸ਼ਨ ਪੂਰੇ ਦੇਸ਼ ਦਾ ਨਹੀਂ ਹੁੰਦਾ ਜੀ। ਉੱਥੇ ਜਿਹੜੇ ਉਹਨਾਂ ਦੇ ਐਕਟਿਵ ਮੈਂਬਰ ਹੈ ਜੀ ਕਮਿਊਨਿਸਟ ਪਾਰਟੀ ਦੇ ਜੀ, ਉਹ ਕਮਿਊਨਿਸਟ ਪਾਰਟੀ ਵਾਲੇ ਆਪਣਾ ਸੈਕਟਰੀ ਚੁਣਦੇ। ਓਕੇ, ਉਸ ਤੋਂ ਬਾਅਦ ਉਹ ਉੱਪਰ ਦੀ ਉੱਪਰ ਉੱਪਰ ਦੀ ਉੱਪਰ ਉਹਨਾਂ ਦਾ ਸਿਸਟਮ ਜਾਂਦਾ, ਫਿਰ ਉਹ ਦੇਸ਼ ਦਾ ਸੈਕਟਰੀ ਚੁਣਦੇ ਜੀ। ਤੇ ਇਸ ਕਰਕੇ ਉਹਨਾਂ ਦੇ ਨਾਲ ਸਾਡੀ ਬਰਾਬਰੀ ਨਹੀਂ ਹੋ ਸਕਦੀ। ਉਹ ਜਸਟ ਲਾਈਕ ਦੇ ਆਰ ਵਰਕਿੰਗ ਜੀ ਐਜ਼ ਏ ਡਿਕਟੇਟਰਸ਼ਿਪ ਸਿਸਟਮ। ਸਾਡਾ ਇੱਥੇ ਡੈਮੋਕ੍ਰੇਟਿਕ ਸਿਸਟਮ ਹੈ, ਮਲਟੀ ਪਾਰਟੀ ਸਿਸਟਮ ਹੈ। ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਚਾਹੇ ਇਲੈਕਸ਼ਨ ਲੜ ਸਕਦਾ, ਜਿਹੜਾ ਮਰਜ਼ੀ ਜਿਹੜੀ ਮਰਜ਼ੀ ਪਾਰਟੀ 'ਚ ਐਂਟਰ ਹੋ ਸਕਦਾ ਜੀ। ਤੁਸੀਂ ਦੇਖਿਆ ਹੋਊਗਾ ਵੀ ਚਾਈਨਾ 'ਚ ਇੱਕ ਵਾਰੀ ਡੈਮੋਕ੍ਰੇਸੀ ਦੀ ਆਵਾਜ਼ ਉੱਠੀ ਸੀ। ਬਿਲਕੁਲ, ਸੈਂਕੜੇ ਸਟੂਡੈਂਟ ਉਹਨਾਂ ਨੇ 93 ਚੌਕ 'ਚ ਮਾਰ ਦਿੱਤੇ ਸੀ ਜੀ। ਤੋ ਇਸ ਕਰਕੇ ਸਾਡੀ ਉਹਨਾਂ ਨਾਲ ਤਾਂ ਬਰਾਬਰੀ ਹੋ ਨਹੀਂ ਸਕਦੀ, ਕਿਉਂਕਿ ਉਹਨਾਂ ਦਾ ਤੇ ਸਾਡਾ ਬੇਸਿਕ ਡਿਫਰੈਂਸ ਹੈ। ਨਹੀਂ, ਕੁਛ ਕਹਿੰਦੇ ਨੇ ਕੁਝ ਚੰਗੀਆਂ ਚੀਜ਼ਾਂ, ਜੇ ਕੁਝ ਕਰ ਰਿਹਾ ਕੋਈ ਬੰਦਾ ਅੱਛਾ ਕੰਮ ਕਰ ਰਿਹਾ ਤਾਂ ਉਹਨੂੰ ਅਡਾਪਟ ਕਰ ਲੈਣਾ ਚਾਹੀਦਾ। ਗੱਲ ਡੈਮੋਕ੍ਰੇਸੀ ਦੀ ਚੱਲ ਰਹੀ ਜੀ, ਡੈਮੋਕ੍ਰੇਸੀ ਔਰ ਡਿਕਟੇਟਰਸ਼ਿਪ। ਹਿੰਦੁਸਤਾਨ 'ਚ ਡੈਮੋਕ੍ਰੇਸੀ ਹੈ, ਉੱਥੇ ਡਿਕਟੇਟਰਸ਼ਿਪ ਹੈ। ਸਾਡਾ ਜਿਹੜਾ ਸਿਸਟਮ, ਸਾਡਾ ਜਿਹੜਾ ਸੰਵਿਧਾਨ ਹੈ, ਉਹ ਜ਼ਿਆਦਾ ਅਮੈਰੀਕਾ ਔਰ ਇੰਗਲੈਂਡ, ਫਰਾਂਸ ਔਰ ਇੱਕ ਦੋ ਕੰਟਰੀਜ਼ ਹੋਰ ਨੇ, ਉਹਨਾਂ ਦੇ ਜਿੰਨੇ ਕਾਂਸਟੀਟਿਊਸ਼ਨ ਨੇ, ਉਹਨਾਂ ਦੀ ਕਾਂਸਟੀਟਿਊਸ਼ਨ ਦੀਆਂ ਅੱਛੀਆਂ ਅੱਛੀਆਂ ਚੀਜ਼ਾਂ ਲੈ ਕੇ ਆਪਣੇ ਕਾਂਸਟੀਟਿਊਸ਼ਨ 'ਚ ਫਿੱਟ ਕੀਤੀਆਂ ਗਈਆਂ। ਬਿਲਕੁਲ, ਇਸ ਕਰਕੇ ਡੈਮੋਕ੍ਰੇਟਿਕ ਕੰਟਰੀ ਹੈ। ਪਹਿਲਾਂ ਵੀ ਇਲੈਕਸ਼ਨ ਹੁੰਦੇ ਹੀ ਆਏ ਨਾ, ਪਹਿਲਾਂ ਵੀ ਕਿਹਾ ਇਹਨਾਂ ਨੇ ਵੀ ਉਸ ਗੱਲ ਨੂੰ ਮੰਨਿਆ। ਅਤੇ ਲੇਕਿਨ ਇਹ ਆ ਵੀ ਜਦੋਂ ਵੀ ਹੁਣ ਆਪਾਂ ਮੰਨ ਲਓ ਸਾਡਾ ਸਿਸਟਮ ਇੱਕ ਸ਼ੁਰੂਆਤ ਹੋਈ, ਉਹ ਸਿਸਟਮ ਵਿਗੜ ਗਿਆ ਜੀ। ਉੱਥੇ ਆ ਕੇ ਕਿਤੇ ਸਰਕਾਰ ਟੁੱਟ ਗਈ, ਕਿਤੇ ਪਾਰਟੀਆਂ ਸਪਲਿਟ ਅਪ ਹੋ ਗਈਆਂ, ਅਲੱਗ ਹੋ ਗਈਆਂ, ਤਾਂ ਉੱਥੇ ਆ ਕੇ ਇਹ ਪ੍ਰੋਬਲਮ ਆਈ। ਕਿਤੇ ਇਹ ਤਾਂ ਨਹੀਂ ਗੱਲ ਵੀ ਜਿਹੜੀਆਂ ਖੇਤਰੀ ਪਾਰਟੀਆਂ ਉਹ ਡਰਦੀਆਂ ਇਸ ਵੇਲੇ ਜੇ ਇਲੈਕਸ਼ਨ ਹੋ ਗਿਆ ਇੱਕੋ ਵਾਰੀ ਤੇ ਸਾਨੂੰ ਸਾਡੀ ਹਾਰ ਨਾ ਹੋ ਜਾਏ? ਨਹੀਂ ਨਹੀਂ, ਉਹ ਤਾਂ ਜਦੋਂ ਇਲੈਕਸ਼ਨ ਹੋਏਗਾ, ਚਾਹੇ ਖੇਤਰੀ ਪਾਰਟੀ ਲੜ ਲਵੇ ਚਾਹੇ ਨੈਸ਼ਨਲ ਪਾਰਟੀ ਲੜ ਲਵੇ, ਉਹ ਤਾਂ ਜਿਹਨੇ ਜਿੱਤਣਾ ਉਹਨੇ ਜਿੱਤਣਾ ਹੀ ਹੈ, ਜਿਹਨੇ ਹਾਰਨਾ ਉਹਨੇ ਹਾਰਨਾ। ਤਾਂ ਵੋਟ ਤਾਂ ਲੋਕਾਂ ਨੇ ਪਾਉਣੀ ਹੈ ਨਾ, ਵੋਟ ਤਾਂ ਜਿਹੜੀ ਹੈ। ਜਾਂ ਮੰਨ ਲਓ ਇੱਥੇ ਪੰਜਾਬ ਵਿੱਚ ਅਕਾਲੀ ਦਲ ਹੈ, ਅਕਾਲੀ ਦਲ ਦੀ ਵੋਟ ਅਕਾਲੀ ਦਲ ਨੂੰ ਪੈ ਜਾਣੀ, ਉਹਦੇ ਨਾਲ ਸਟੇਟ ਪਾਰਟੀ ਜਾਂ ਨੈਸ਼ਨਲ ਪਾਰਟੀ ਵਾਲਾ ਸਿਸਟਮ। ਪੰਜਾਬ ਦੀ ਸੱਤਾ ਤਾਂ ਤੁਹਾਡੀ ਹੈ, ਕਾਂਗਰਸ ਦੀ, ਉਹਦੇ ਇਹਦੇ ਨਾਲ ਸੱਤਾ ਦਾ ਕੋਈ ਮਤਲਬ ਨਹੀਂ। ਜਦੋਂ ਇਲੈਕਸ਼ਨ ਹੋਣਾ ਹੈ ਜੀ, ਜੀ, ਤਾਂ ਉਦੋਂ ਪਾਰਟੀ ਨੇ ਕਿਹਨੂੰ ਵੋਟ ਪਾਉਣੀ ਹੈ? ਇੱਥੇ ਹੁਣ ਪੰਜਾਬ 'ਚ ਸੱਤਾ ਕਾਂਗਰਸ ਦੀ ਆਈ, ਹਿੰਦੁਸਤਾਨ 'ਚ ਬੀਜੇਪੀ ਦੀ ਆਈ,
ਰਾਸ਼ਟਰੀ ਮੁੱਦੇ ਉੱਠਦੇ ਆ, ਜਦੋਂ ਕਿਹਦੇ ਵੀ ਸੂਬੇ ਦੀ ਇਲੈਕਸ਼ਨ ਹੁੰਦੇ ਆ ਉਦੋਂ ਖੇਤਰੀ ਮੁੱਦੇ ਜ਼ਿਆਦਾ ਉੱਠਦੇ ਆ, ਕੌਮਾਂਤਰੀ ਮੁੱਦੇ ਤੇ ਖੇਤਰੀ ਮੁੱਦੇ ਦੇ ਵਿੱਚ ਜ਼ਿਆਦਾ ਫਰਕ ਹੁੰਦਾ, ਇਸ ਕਰਕੇ ਉਹ ਸੂਬੇ ਦੀ ਸਰਕਾਰ ਅਲੱਗ ਬਣ ਜਾਂਦੀ, ਉਹਦੇ ਸਮੱਸਿਆਵਾਂ ਅਲੱਗ ਹੁੰਦੀਆਂ। ਇਸੇ ਕਰਕੇ ਇਸ ਚੁਣਾਵ 'ਚ ਜਿਹੜੀ ਇਹ ਨਾਰਾ ਦਿੱਤਾ ਗਿਆ, ਜਿਹਦੇ ਉੱਤੇ ਕੰਮ ਚੱਲ ਰਿਹਾ, ਜਿਹੜੀ ਬਹਿਸ ਹੋ ਰਹੀ ਇੰਨੀ ਦੇਰ ਤੋਂ ਵੀ ਇੱਕ ਦੇਸ਼ ਇੱਕ ਚੁਣਾਵ ਹੋਵੇ, ਲੋਕ ਇਹ ਦੂਜੀ ਪਾਰਟੀਆਂ ਛੋਟੀਆਂ ਸਮਝਦੀਆਂ, ਖੇਤਰੀ ਪਾਰਟੀਆਂ, ਵੀ ਜਿਹੜੀਆਂ ਰਾਸ਼ਟਰੀ ਪਾਰਟੀਆਂ ਹੈ ਉਹਨਾਂ ਦੇ ਮੁੱਦੇ ਹਾਵੀ ਹੋ ਜਾਣਗੇ, ਉਹ ਸਾਰਾ ਜਿਹੜਾ ਹੈ ਉਹਨਾਂ ਨੂੰ ਹੱਕ ਜਿਹੜਾ ਅਧਿਕਾਰ ਆ ਜਾਂ ਉਹਨਾਂ ਨੂੰ ਪਾਵਰ ਜਿਹੜੀ ਉਹ ਕੇਂਦਰ ਕੋਲ ਪਹੁੰਚ ਜਾਏਗੀ, ਇਸ ਕਰਕੇ ਉਹ ਨਹੀਂ ਮੰਨਦੇ। ਦੇਖੋ ਇਸ ਤਰ੍ਹਾਂ ਕੋਈ ਵੀ ਪਾਰਟੀ ਹੈ, ਅੱਜ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਸਾਡੇ 2 MP ਹੁੰਦੇ ਸੀ ਜੀ, 2 MP-ਆਂ ਤੋਂ ਅਸੀਂ ਅੱਜ 300 ਪਲੱਸ ਤੇ ਆ ਗਏ ਜੀ। ਸਾਡੇ ਕੋਲ ਅੱਜ ਕਿਸੇ ਕੋਲ ਜੇ ਸੰਖਿਆ ਘੱਟ ਹੈ ਜੇ ਅੱਜ ਕੋਈ ਖੇਤਰੀ ਪਾਰਟੀ ਹੈ, ਕੱਲ ਨੂੰ ਨੈਸ਼ਨਲ ਪਾਰਟੀ ਬਣਦੇ ਆ ਟਾਈਮ ਨਹੀਂ ਲੱਗਦਾ ਜੀ। ਆਮ ਆਦਮੀ ਪਾਰਟੀ ਨੇ ਬੜਾ ਵੱਡਾ ਸੁਪਨਾ ਦੇਖਿਆ ਸੀਗਾ ਜਦੋਂ ਬਣੀ ਹੈ, ਇਹ ਦਿੱਲੀ ਜਿੱਤੇ, ਦਿੱਲੀ ਜਿੱਤੋਂ ਤੋਂ ਬਾਅਦ ਲੋਕ ਸਭਾ ਜਿੱਤੇ, ਪੰਜਾਬ 'ਚ ਵੀ ਜਿੱਤ ਗਏ, ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਕੋਲ ਇੱਕੋ ਹੀ MP ਹੈ ਜੀ, ਉਹ ਵੀ ਭਗਵੰਤ ਮਾਨ, ਉਹ ਵੀ ਇੱਕ ਕਮੇਡੀਅਨ ਹੈ, ਉਹ ਕੋਈ ਵਰਕਰ ਨਹੀਂ ਹੈ, ਕੋਈ ਲੀਡਰ ਨਹੀਂ ਹੈ ਜੀ। ਉਹਨਾਂ ਕੋਲ ਕੋਈ ਵੀ ਬੰਦਾ ਅੱਜ ਇਹਦੇ ਨਾਲ ਜ਼ਿਆਦਾਤਰ ਧਰਮਿੰਦਰ ਦੇ ਘਰ ਦੇ ਵਿੱਚ 2 ਉਹਨਾਂ ਕੋਲ MP ਹੈਗੇ ਨੇ। ਆਮ ਆਦਮੀ ਪਾਰਟੀ ਕੋਲ ਤਾਂ ਇੱਕ ਹੈ। ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਖੇਤਰੀ ਪਾਰਟੀਆਂ ਦੇ ਮੁੱਦੇ ਔਰ ਕੌਮਾਂਤਰ ਜਿਹੜੇ ਨੈਸ਼ਨਲ ਪਾਰਟੀਆਂ ਦੇ ਮੁੱਦੇ ਚੁਣਾਵਾਂ ਦੇ ਵਿੱਚ ਜਿਹੜੇ ਹਾਵੀ ਹੋ ਜਾਂਦੇ ਨੇ, ਦੇਖੋ ਜਿਹੜਾ ਨੈਸ਼ਨਲਿਜ਼ਮ ਹੈ ਜੀ ਉਹ ਤਾਂ ਸਾਰਾ ਲੋਕ ਜਿਹੜੀ ਜਨਤਾ ਬੜੀ ਅਵੇਅਰ ਹੋ ਗਈ ਹੈ, ਤੁਸੀਂ ਇਲੈਕਟ੍ਰੋਨਿਕ ਮੀਡੀਆ ਨੇ ਔਰ ਪ੍ਰਿੰਟ ਮੀਡੀਆ ਨੇ ਲੋਕਾਂ ਨੂੰ ਬਹੁਤ ਅਵੇਅਰ ਕਰ ਦਿੱਤਾ। ਹੁਣ ਲੋਕ ਸਾਰਾ ਕੁਛ ਕੀ ਸੱਚ ਹੈ ਕੀ ਝੂਠ ਹੈ ਕੀ ਲੋਕਾਂ ਨੂੰ ਦਿਖਾਇਆ ਜਾਂਦਾ ਔਰ ਕੀ ਲੋਕ ਸਮਝਦੇ ਨੇ ਸਾਡੇ ਦੇਸ਼ ਨੂੰ ਕੀ ਚਾਹੀਦਾ ਉਹਦੇ 'ਤੇ ਲੋਕ ਅਮਲ ਕਰਦੇ ਨੇ, ਔਰ ਸੂਬੇ ਦੇ ਵਿੱਚ ਸੂਬੇ 'ਚ ਲੋਕ ਇਸ ਤਰ੍ਹਾਂ। ਦੇਖੋ ਨਾਰਾ ਦਿੱਤਾ ਸੀਗਾ ਹਰ ਘਰ ਨੌਕਰੀ, ਹਰ ਘਰ 'ਚ ਸਮਾਰਟਫੋਨ, ਕਾਂਗਰਸ ਨੇ ਪੂਰਾ ਨਹੀਂ ਕੀਤਾ, ਲੋਕਾਂ ਨੇ ਵੋਟਾਂ ਪਾ ਦਿੱਤੀਆਂ। ਅੱਜ ਜਿਹੜਾ ਡਿਫਰੈਂਸ ਤੁਸੀਂ ਗਿੰਦੇ ਪਏ ਹੋ, ਭਾਰਤੀ ਜਨਤਾ ਪਾਰਟੀ ਨੇ ਬੜੇ ਨਾਰੇ ਲਾਏ ਸੀ, ਕਿਹੜਾ ਨਾਰਾ, 15 ਲੱਖ ਦੇਣ ਦਾ ਵਾਅਦਾ ਕੀਤਾ ਸੀ, 15 ਲੱਖ ਦੇਣ ਦਾ, ਨੌਕਰੀਆਂ ਦਾ ਵਾਅਦਾ ਕੀਤਾ ਸੀ, ਇਹ ਨਹੀਂ ਗੱਲ, ਤੁਹਾਡੇ ਵੀ ਮੈਨੀਫੈਸਟੋ ਫੇਲ ਹੋਏ ਨੇ, ਮੈਨੀਫੈਸਟੋ ਫੇਲ ਹੋਏ ਨੇ, 2 ਕਰੋੜ ਨੌਕਰੀ ਹਰ ਸਾਲ ਦੇਣ ਦਾ ਸੀ, 15 ਸਾਲਾਂ 'ਚ 10 ਕਰੋੜ ਨੌਕਰੀਆਂ ਦੇਣੀਆਂ ਸੀ, 96 ਲੱਖ ਲੋਕ ਬੇਰੁਜ਼ਗਾਰ ਹੋ ਗਏ। 15 ਲੱਖ ਜਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਹਰ ਨਾਗਰਿਕ ਨੂੰ ਦੇਣ ਦਾ ਵਾਅਦਾ, ਖਾਤੇ 'ਚ, ਬੈਂਕ ਗਰੀਬ ਦੇ ਖਾਤੇ 'ਚ ਆਉਣਾ ਸੀ, ਕਿਸੇ ਵੀ ਇਹ 15 ਲੱਖ ਰੁਪਏ ਦੇਣ ਦਾ ਮਤਲਬ ਇਹ ਕਿ 15 ਲੱਖ ਤੁਹਾਨੂੰ ਨਗਦ ਤੁਹਾਡੇ ਖਾਤੇ 'ਚ ਪਾ ਦਿੱਤਾ, ਉਸ ਵੇਲੇ ਸਾਰੇ ਇਹੀ ਸਮਝਦੇ ਨਹੀਂ ਸਰ, ਗਲਤ ਲੋਕਾਂ ਨੇ ਸਮਝਿਆ। ਤੁਸੀਂ ਦੇਖੋ ਉਹਨਾਂ ਨੇ ਜੋ ਗੱਲ ਕਿਹਾ ਸੀਗਾ, ਜਿਤਨੇ ਜਨਧਨ ਯੋਜਨਾ ਜਿਤਨੇ ਖਾਤੇ ਸਾਡੀ ਸਰਕਾਰ 'ਚ ਖੁੱਲ੍ਹੇ ਕਦੀ ਖੁੱਲ੍ਹੇ, ਜਿੰਨੀਆਂ ਸੜਕਾਂ, ਕਿੰਨੇ ਕਿਲੋਮੀਟਰ ਸੜਕਾਂ ਦਾ ਜਾਲ ਨਿਤਿਨ ਗਡਕਰੀ ਜੀ ਨੇ ਅੱਜ ਵਿਛਾਇਆ, ਅੱਜ ਕਾਂਗਰਸ ਵੀ ਮੰਨਦੀ ਪਈ ਹੈ ਇਸ ਗੱਲ ਨੂੰ, ਨਿਤਿਨ ਗਡਕਰੀ ਜੀ ਦਾ ਉਹ ਵੀ ਕਹਿੰਦੇ ਨੇ ਕਿ ਵਾਕਈ ਬਹੁਤ ਵਧੀਆ ਇਹ ਜਿਹੜਾ ਮਿਨਿਸਟਰ ਹੈ ਸੜਕ ਪਰਿਵਹਨ ਮੰਤਰੀ ਬਣਾਏ ਜਿਹੜੇ, ਤੋ ਸੋ ਗੱਲਾਂ ਜਿਹੜੀਆਂ ਹੈਗੀਆਂ ਜਿਹੜੇ ਮੁੱਦਿਆਂ ਤੋਂ ਇੱਥੇ ਲੋਕ ਉਲਝ ਜਾਂਦੇ ਨੇ। ਇਹ ਤਾਂ ਤੁਸੀਂ ਮੰਨਦੇ ਹੋ ਨਾ ਵੀ ਰਾਸ਼ਟਰੀ ਮੁੱਦੇ ਜ਼ਿਆਦਾ ਹਾਵੀ ਹੋ ਜਾਂਦੇ ਆ? ਰਾਸ਼ਟਰੀ ਮੁੱਦੇ ਆਟੋਮੈਟਿਕਲੀ ਹੈ ਜੀ, ਦੇਖੋ ਜਿਹੜਾ ਦੇਸ਼ ਵੱਡਾ ਅਤੇ ਦੇਸ਼ 130 ਕਰੋੜ ਦੀ ਜਨਤਾ ਉਹ ਦੇਖਦੀ ਹੈ ਕਿ ਇਹ ਮੁੱਦਾ ਕਿਹੜਾ ਲੈ ਕੇ ਜਾਣਾ, ਕਿਸ ਮੁੱਦੇ 'ਤੇ ਵੋਟਾਂ ਪੈਣੀ, ਉਹ ਤਾਂ ਨੈਚੁਰਲ ਹੈ ਜੀ। ਚਲੋ ਮੈਂ ਉਹਨਾਂ ਦੀ ਟਿੱਪਣੀ ਲੈਣਾ, ਕੁਲਵੰਤ ਜੀ ਤੁਸੀਂ, ਤੁਹਾਡੀ ਕੀ ਟਿੱਪਣੀ ਆ? ਸਰ ਨੈਸ਼ਨੈਲਿਟੀ ਜਿਹੜੀ ਆ ਉਹ ਲੀਡਰਾਂ ਦੇ ਵਿੱਚ ਬਹੁਤ ਘਾਟ ਆ ਗਈ ਹੈ ਅੱਜ, ਰਾਸ਼ਟਰ ਬਹੁਤ ਵੱਡਾ ਮੁੱਦਾ, ਬਹੁਤ ਵੱਡਾ ਮੁੱਦਾ ਆ, ਕਿਉਂਕਿ ਅਸੀਂ ਬਹੁਤ ਛੋਟਾ ਸੋਚਦੇ ਹਾਂ। ਸਟੇਟ ਗੌਰਮੈਂਟ ਦੀ ਅਗਰ ਅੱਜ ਕਾਂਗਰਸ ਦੀ ਸਰਕਾਰ ਹੈ ਤਾਂ ਇਹਨਾਂ ਨੇ ਇੱਕ ਨਾਰਾ ਲਾਇਆ ਸੀਗਾ 5 ਰੁਪਏ ਯੂਨਿਟ ਬਿਜਲੀ, ਕੰਧਾਂ 'ਤੇ ਵੀ ਲਿਖਿਆ ਸੀਗਾ, ਅੱਜ 11.5 ਰੁਪਏ ਬਿਜਲੀ ਦਾ ਯੂਨਿਟ ਹੈ, ਉਹ ਡਿਊ ਟੂ ਇਲੈਕਸ਼ਨ ਹੀ ਹੈ ਜਿਹੜਾ ਇਹ ਦਿੱਕਤ ਹੈਗੀ ਆ।
ਨੌਕਰੀਆਂ ਦਾ ਝਾਂਸਾ ਦਿੱਤਾ ਗਿਆ। ਮੈਂ ਐਜ ਏ ਜਨਰਲ ਸੈਕਟਰੀ ਹੋਣ ਦੇ ਨਾਤੇ ਸਾਡੇ ਚੈਂਬਰ ਦੀ ਬਿਲਡਿੰਗ ਦੇ ਵਿੱਚ ਬਹੁਤ ਵਾਰੀ ਇੰਟਰਵਿਊ ਹੋਈ, ਪਰ ਰਿਜ਼ਲਟ ਉਹਦੇ ਜਿਹੜੇ ਕੋਈ ਐਡੇ ਵਧੀਆ ਨਹੀਂ ਹੈਗੇ, ਔਰ ਪ੍ਰੋਮਿਸ ਕੀਤਾ ਕਰਕੇ ਸਰਕਾਰਾਂ ਉੱਤੋਂ ਪ੍ਰੈਸ਼ਰਾਈਜ਼ ਕਰਦੀਆਂ ਕਿ ਤੁਸੀਂ ਇਹ ਨੌਕਰੀਆਂ ਦੀ ਗੱਲ ਕਰੋ, ਇਹਨਾਂ ਦੀ ਇੰਟਰਵਿਊ ਲਓ। ਜੇ ਇਹ ਇਲੈਕਸ਼ਨਾਂ ਨਾ ਹੋਣ ਤਾਂ ਸਰਕਾਰਾਂ ਇੱਕ ਲਿਮਿਟੇਸ਼ਨ ਹੋਵੇ ਇਹਨਾਂ ਦੇ ਪ੍ਰੋਮਿਸ ਕਰਨ ਦਾ। ਬਿਲਕੁਲ, ਮੈਂ ਭਾਰਤੀ ਜੀ ਨੂੰ ਇੱਕ ਗੱਲ ਯਾਦ ਕਰਾ ਦਿਆਂ ਕਿ ਜਦੋਂ ਭਾਖੜਾ ਨਹਿਰ ਨਿਕਲੀ ਹੈ ਨਾ ਜੀ, ਉਸ ਵੇਲੇ ਕਾਮਰੇਡਾਂ ਨੇ ਇੱਕ ਬੜਾ ਵੱਡਾ ਸ਼ੋਰ ਮਚਾਇਆ ਸੀਗਾ ਕਿ ਪਾਣੀ ਦੇ ਵਿੱਚੋਂ ਕਾਂਗਰਸੀਆਂ ਨੇ ਬਿਜਲੀ ਕੱਢ ਲਈ ਹੈ, ਤੁਹਾਡਾ ਫੋਕਾ ਪਾਣੀ ਹੈ ਇਹ, ਅਤੇ ਜਿੱਥੇ ਜਿੱਥੇ ਦੀ ਨਹਿਰ ਲੰਘੀ ਸੀਗੀ ਉੱਥੋਂ ਉੱਥੋਂ ਤੋਂ ਕਾਂਗਰਸ ਦੇ ਕੈਂਡੀਡੇਟ ਹਾਰ ਗਏ ਸੀਗੇ। ਇਹ ਝੂਠਾ ਪ੍ਰਚਾਰ ਸੀ, ਕਾਂਗਰਸ ਨੇ ਆਪ ਕਿਹਾ ਝੂਠਾ ਪ੍ਰਚਾਰ ਸੀਗਾ। ਜੇ ਉਸ ਤੋਂ ਬਾਅਦ ਇਲੈਕਸ਼ਨ ਹੋਈ ਦੁਬਾਰਾ ਅਤੇ ਉਨੀ ਦੇਰ ਨੂੰ ਉਹ ਕਵਰ ਕਰ ਗਏ। ਅਗਰ ਉਹੀ ਜੇ ਇਲੈਕਸ਼ਨ 6 ਮਹੀਨੇ ਬਾਅਦ 8 ਮਹੀਨੇ ਬਾਅਦ ਹੁੰਦੀ ਤਾਂ ਅਲਟਾ ਪਾਰਟੀ ਬਹੁਤ ਜ਼ਿਆਦਾ ਹੋਣੀ ਸੀਗੀ। ਇਹਦੇ ਨਾਲ ਇੱਕ ਪਾਰਟੀ ਨੂੰ ਨਹੀਂ, ਸਾਰੀਆਂ ਪਾਰਟੀਆਂ ਨੂੰ ਆਪਣੇ ਰਾਸ਼ਟਰ ਬਾਰੇ ਸੋਚ ਕੇ ਗੱਲ ਕਰਨੀ ਚਾਹੀਦੀ ਆ, ਨਾ ਕਿ ਇਸ ਵਾਸਤੇ ਕਿ ਜੀ ਦੂਜਾ ਕੋਈ ਪਾਰਟੀ, ਰੂਲਿੰਗ ਪਾਰਟੀ ਅਗਰ ਕੋਈ ਗੱਲ ਕਰਦੀ ਆ ਤਾਂ ਅਸੀਂ ਉਹਨੂੰ ਕੱਟਣਾ ਹੀ ਕੱਟਣਾ ਹੈ। ਜਿਹੜੀਆਂ ਛੋਟੀਆਂ ਪਾਰਟੀਆਂ ਦੀ ਆਪਾਂ ਗੱਲ ਕਰਦੇ ਹਾਂ ਸਟੇਟ ਵਾਈਜ਼, ਜਿਹੜੇ ਜਿੱਦਾਂ ਮਾਇਆਵਤੀ ਜੀ ਜਾਂ ਅਖਿਲੇਖ ਜੀ ਜਾਂ ਹੋਰ ਪਾਰਟੀਆਂ, ਇਹ ਲੋਕ ਬਹੁਤ ਇਸੇ ਕਰਕੇ ਪਿੱਛੇ ਰਹਿ ਗਏ ਕਿਉਂਕਿ ਜਨਤਾ ਪੜ੍ਹ ਲਿਖ ਗਈ ਹੈ। ਅੱਜ ਉਹ ਗੱਲਾਂ ਨਹੀਂ ਰਹਿ ਗਈਆਂ ਕਿ ਤੁਸੀਂ ਜੋ ਮੂੰਹ 'ਚੋਂ ਕੱਢੇ ਕੋਈ ਲੀਡਰ ਉਹਨੂੰ ਮੰਨ ਲਵੇ, ਅੱਜ ਲੋਕ ਉਹਨੂੰ ਪੂਰੀ ਤਰ੍ਹਾਂ ਇੱਕ ਤੋਲਦੇ ਆ, ਮਾਪਦੇ ਆ ਕਿ ਕਿੰਨਾ ਬਿਲੀਵ ਕਰਦੇ ਆ। ਮੈਂ ਦੁਬਈ ਗੌਰਮੈਂਟ ਦਾ ਇੱਕ ਸੈਮੀਨਾਰ ਅਟੈਂਡ ਕੀਤਾ ਸੀਗਾ, ਉਹ ਸਪੀਕਰ ਨੇ ਉੱਠਦੇ ਸਾਰੇ ਗੱਲ ਕਹੀ ਸੀਗੀ ਕਿ ਸਾਡੀ ਗੌਰਮੈਂਟ ਸਿੰਗਾਪੁਰ ਤੋਂ ਬਾਅਦ ਦੂਜੇ ਨੰਬਰ ਦੇ ਵਿੱਚ ਆ ਵਰਲਡ ਦੇ ਵਿੱਚ ਜਿਹਦੇ 'ਤੇ ਪਬਲਿਕ ਬਿਲੀਵ ਕਰਦੀ ਆ। ਅੱਜ ਅਗਰ ਤੁਸੀਂ ਇਹਦਾ ਸਰਵੇ ਕੀਤਾ ਜਾਵੇ ਕਿ ਸਾਡੀ ਗੌਰਮੈਂਟ 'ਤੇ ਕਿੰਨੇ ਲੋਕ ਬਿਲੀਵ ਕਰਦੇ ਆ, ਤਾਂ ਮੇਰਾ ਖਿਆਲ ਆ ਕਿ ਅਸੀਂ ਬਹੁਤ ਥੱਲੇ ਚੱਲ ਜਾਵਾਂਗੇ। ਬਿਲਕੁਲ, ਕੀ ਅਸੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੈਗੇ ਜਾਂ ਨਹੀਂ ਹੈਗੇ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਕਿ ਸਾਡੇ 'ਤੇ ਲੋਕ ਵਿਸ਼ਵਾਸ ਕਿਉਂ ਨਹੀਂ ਕਰਦੇ? ਅਸੀਂ ਪੈਰ ਪੈਰ 'ਤੇ ਝੂਠ ਬੋਲਦੇ ਹਾਂ। ਛੋਟੀ ਜਿਹੀ ਗੱਲ ਪਿੱਛੇ ਅਸੀਂ ਇਲੈਕਸ਼ਨ ਜਿੱਤਣ ਵਾਸਤੇ 5 ਰੁਪਏ ਦਾ ਲਾਰਾ ਲਾ ਦਿੰਦੇ ਹਾਂ, 15 ਲੱਖ ਦਾ ਵਾਅਦਾ ਕਰ ਦਿੰਦੇ ਹਾਂ। ਮਤਲਬ ਸਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅਗਰ 5 ਸਾਲ ਬਾਅਦ ਸਾਨੂੰ ਇਹ ਪਤਾ ਹੋਵੇ ਇਲੈਕਸ਼ਨ ਹੋਣੀ ਆ, ਤਾਂ ਪਬਲਿਕ ਜਵਾਬਦੇਹ ਹੋਵੇ ਲੀਡਰ ਜਿਹੜਾ ਆ। ਔਰ ਮੈਂ ਕਹਿੰਦਾ ਕਿ ਜਿਹੜਾ ਵੀ ਮੈਨੀਫੈਸਟੋ ਤਿਆਰ ਕੀਤਾ ਜਾਂਦਾ ਉਹ ਸੁਪਰੀਮ ਕੋਰਟ ਦੇ ਜੱਜ ਦੀ ਅੰਡਰ ਸੁਪਰਵਿਜ਼ਨ ਹੋਵੇ, ਕਿ ਉਹ ਲਾਗੂ ਹੁੰਦਾ ਜਾਂ ਨਹੀਂ ਹੁੰਦਾ, ਔਰ ਉਹਨੂੰ ਮਤਲਬ ਕਿ ਕਿਸੇ ਤਰੀਕੇ ਲਾਗੂ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਹੈ। ਜੋ ਮਰਜ਼ੀ ਲਿਖ ਲੈਂਦੇ ਆ ਉਹਦੇ ਵਿੱਚ ਇੰਪਲੀਮੈਂਟ ਕੁਛ ਨਹੀਂ ਹੁੰਦਾ। ਬਿਲਕੁਲ ਠੀਕ, ਹਾਂ, ਇਸ ਕਰਕੇ ਇਹ ਜ਼ਰੂਰੀ ਆ ਕਿ ਪਬਲਿਕ ਦੇ ਉਨੇ ਲਾਰੇ ਲਾਏ ਜਾਣਗੇ, ਜਦੋਂ ਇਲੈਕਸ਼ਨਾਂ ਘੱਟ ਹੋਣਗੀਆਂ ਤਾਂ ਲਾਰੇ ਵੀ ਘੱਟ ਲਾਏ ਜਾਣਗੇ। ਬਿਲਕੁਲ, ਚਲੋ ਮੈਂ ਲਾਸਟ ਕੁਐਸਚਨ, ਭਾਰਤੀ ਲਾਸਟ ਹੈ ਵੀ ਜੇ ਦੁਬਾਰਾ ਹੁਣ ਇੰਡੀਆ ਨੇ ਇਹ ਜਿਹੜੀ ਬਹਿਸ ਛਿੜਕ ਚੁੱਕੀ ਆ ਵੀ ਅਸੀਂ ਇੱਕ ਦੇਸ਼ ਇੱਕ ਚੁਣਾਵ ਜੇ ਕਰਾਉਣਾ ਹੀ ਕਰਾਉਣਾ ਇੱਕ ਦੇਸ਼ ਦੇ ਵਿੱਚ, ਅਤੇ ਕੀ ਤੁਸੀਂ ਦੁਬਾਰਾ ਸੋਚ ਸਕਦੇ ਤੁਹਾਡੀਆਂ ਜਿਹੜੀਆਂ ਵਿਰੋਧੀ ਪਾਰਟੀ ਜੋ ਆਪਾਂ ਚਰਚਾ ਕਰਦੇ ਹਾਂ ਵੀ ਵਾਕਈ ਇਹ ਜੋ ਸੋਚ ਰਹੇ ਆ ਉਹ ਸੋਚ ਸਹੀ ਸੋਚ ਆ? ਦੇਖੋ, ਇਹ ਫਸਟ ਮੀਟਿੰਗ ਰੱਖੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ, ਔਰ ਉਹਦੇ ਵਿੱਚ ਕੁਛ ਲੋਕਾਂ ਨੇ ਪਾਰਟੀਸਪੇਟ ਕੀਤਾ, ਕੁਛ ਨਹੀਂ ਕੀਤਾ ਜੀ। ਹੁਣ ਜੋ ਜਿਸ ਤਰ੍ਹਾਂ ਕਿ ਆਮ ਤੌਰ 'ਤੇ ਸਿਸਟਮ ਹੁੰਦਾ, ਜਿਨ੍ਹਾਂ ਨੇ ਪਾਰਟੀਸਪੇਟ ਨਹੀਂ ਕੀਤਾ ਜੀ, ਜਾਂ ਲੋਕ ਸਭਾ ਦੇ ਸਪੀਕਰ ਸਾਹਿਬ ਜਾਂ ਪ੍ਰਾਈਮ ਮਿਨਿਸਟਰ ਦੇ ਨਾਲ ਲੱਗੇ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਜਿਹੜੇ ਹੁੰਦੇ ਨੇ, ਉਹ ਹੁਣ ਉਹਨਾਂ ਪਾਰਟੀਆਂ ਨਾਲ ਮੈਨੂੰ ਲੱਗਦਾ ਕਿ ਗੱਲ ਕਰਨਗੇ ਕਿ ਤੁਸੀਂ ਕਿਉਂ ਪਾਰਟੀਸਪੇਟ ਨਹੀਂ ਕੀਤਾ। ਓਕੇ, ਉਹਨਾਂ ਦੀਆਂ ਜਿਹੜੀਆਂ ਵੀ ਕੋਈ ਓਬਜੈਕਸ਼ਨਸ ਹੋਣਗੇ ਉਹਨਾਂ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਨਗੇ, ਰਿਮੂਵ ਕਰਕੇ ਦੁਬਾਰਾ ਫਿਰ ਟੇਬਲ 'ਤੇ ਬੈਠਣਗੇ, ਉਹਨਾਂ ਨੂੰ ਸੈਟਿਸਫੈਕਸ਼ਨ ਕਰਾਉਣਗੇ, ਉਹਨਾਂ ਦੀ ਤਸੱਲੀ ਕਰਾਉਣਗੇ, ਉਹਨਾਂ ਦੇ ਜਿਹੜੇ ਇਤਰਾਜ਼ ਨੇ ਉਹ ਦੂਰ ਕਰਾਉਣਗੇ, ਦੂਰ ਕਰਾ ਕੇ ਉਸ ਤੋਂ ਬਾਅਦ ਫਿਰ ਮੀਟਿੰਗ ਕਰਨਗੇ। ਮਤਲਬ ਇਹ ਵੀ ਸਾਨੂੰ ਸਿੱਟੇ ਤੇ ਪਹੁੰਚਣਾ ਚਾਹੀਦਾ ਹੈ, ਇਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ, ਪ੍ਰਯਾਸ ਕਰਨਾ ਚਾਹੀਦਾ, ਡੈਮੋਕ੍ਰੈਟਿਕ ਪ੍ਰੋਸੈਸ ਹੈ, ਇਹ ਸਾਰਿਆਂ ਨੂੰ ਨਾਲ ਲੈ ਕੇ
ਚੱਲ ਨਾਲ ਲੈ ਕੇ ਹੀ ਇਹ ਨੇਪਰੇ ਚੜ੍ਹ ਸਕਦਾ। ਬਿਲਕੁਲ ਬਿਲਕੁਲ, ਚਲੋ ਸਰ ਕੋ ਭਾਰਤੀ ਸਮਾਂ ਘੱਟ ਹੈ ਤੇ ਮੈਂ ਸਾਰੇ ਆਏ ਹੋਏ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕੋਈ ਇਸੇ ਤਰੀਕੇ ਨਾਲ ਅਸੀਂ ਹੋਰ ਨਵੇਂ ਜਿਹੜੇ ਭੱਖਵੇਂ ਮੁੱਦੇ ਆ, ਸਮਾਜ ਲਈ ਮੁੱਦੇ ਆ, ਉਹਨਾਂ ਤੇ ਚਰਚਾ ਕਰਦੇ ਰਵਾਂਗੇ। ਸਤਿ ਸ੍ਰੀ ਅਕਾਲ।